ਸਤਿ ਸ੍ਰੀ ਅਕਾਲ ਜੀ ਮੈਂ ਹਾਂ ਗੁਰਜਤੇਂਦਰ ਸਿੰਘ ਰੰਦਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਚੈਨਲ ਲੈ ਕੇ ਹਾਜ਼ਰ ਹਾਂ ਯੂਐਸ ਇਮੀਗ੍ਰੇਸ਼ਨ ਐਂਡ ਪੋਲਟਿਕਸ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਸਾਡੇ ਸਟੂਡੀਓ ਪਹੁੰਚ ਚੁੱਕੇ ਆ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ ਜਿੱਦਾਂ ਕਿ ਸੈਂਟਰਲ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਐਚ1 ਵੀਜ਼ੇ ਦੀ ਸਪੈਸ਼ਲ ਇੱਕ ਖਬਰ ਆਈ ਹੈ ਉਹਦੇ ਬਾਰੇ ਵੀ ਡਿਸਕਸ ਹੋਏਗੀ ਨਵੇਂ ਰੂਲਸ ਐਂਡ ਰੈਗੂਲੇਸ਼ਨ ਦੇ ਅਨੁਸਾਰ ਫੈਡਰਲ ਗਵਰਨਮੈਂਟ ਨੇ ਨਵੇਂ ਰੂਲਸ ਜਿਹੜੇ ਕੀਤੇ ਆ ਉਹ ਹੈ ਕਿ ਮਾਸਕ ਜਿਵੇਂ ਕਿ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਇਸ ਵੇਲੇ ਪੈਂਡੈਮਿਕ ਦਾ ਦੌਰ ਚੱਲ ਰਿਹਾ ਹੈ ਡੈਲਟਾ ਪੈਂਡੈਮਿਕ ਪਹੁੰਚ ਚੁੱਕਾ ਵਰਲਡਵਾਈਡ ਤੇ ਉਹਦੇ ਲਈ ਮਾਸਕ ਜਿਹੜਾ ਪਾਉਣਾ ਉਹ ਬੜਾ ਜ਼ਰੂਰੀ ਕਰ ਦਿੱਤਾ ਅਮਰੀਕਾ ਵਿੱਚ ਇਨਡੋਰ ਖਾਸ ਕਰਕੇ ਤੇ ਸਭ ਤੋਂ ਪਹਿਲਾਂ ਉਹ ਜੀ ਪਹਿਲਾਂ ਸਵਾਗਤ ਕਰਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਮਦਾਵਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਸੈਂਟਰਲ ਅਮਰੀਕਾ ਦੇ ਲੋਕਾਂ ਲਈ ਡੈਪੂਟੇਸ਼ਨ ਦਾ ਬਹੁਤ ਜ਼ਿਆਦਾ ਦੌਰ ਜਿਹੜਾ ਉਹ ਸ਼ੁਰੂ ਹੋਇਆ ਇਹ ਕੀ ਹੈ ਜੀ ਸਾਰਾ ਕੁਝ ਰੰਧਾਵਾ ਸਾਹਿਬ ਇਸ ਤਰ੍ਹਾਂ ਆ ਕਿ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਨ ਬਾਰਡਰ ਦੇ ਉੱਤੇ ਵੱਡਾ ਕ੍ਰਾਈਸਿਸ ਆ ਜੀ ਜੀ ਉਹਦੇ ਚ ਜਦੋਂ ਪਹਿਲਾਂ ਟਰੰਪ ਸੀਗਾ ਪ੍ਰੈਜ਼ੀਡੈਂਟ ਉਹਦੀ ਜ਼ੀਰੋ ਟੋਲਰੈਂਸ ਪਾਲਿਸੀ ਸੀਗੀ ਤੇ ਇਹ ਸੀਗਾ ਵੀ ਜਿਹੜਾ ਵੀ ਆ ਗੱਡ ਰਿਪੋਰਟ ਕਰ ਦੋ ਇਹ ਜਦੋਂ ਆਏ ਇਹਨਾਂ ਨੇ ਕਿਹਾ ਵੀ ਉਹ ਜਿਹੜੀ ਪਾਲਿਸੀ ਆ ਹਿਊਮਨ ਰਾਈਟ ਨੂੰ ਵਾਇਲਟ ਕਰਦੀ ਹੈ ਜਿੱਥੋਂ ਕਿ ਖਾਸ ਕਰਕੇ ਬੱਚਿਆਂ ਨੂੰ ਮਾਪਾਪ ਤੋਂ ਅਟਾ ਕੀਤਾ ਗਿਆ ਜੀ ਤੇ ਉਹ ਕਈ ਜਿਹੜੇ ਨੇ ਬੱਚੇ ਉਹਨਾਂ ਨੂੰ ਹੀ ਨਹੀਂ ਪਤਾ ਮਾਪੇ ਕਿੱਥੇ ਨੇ ਮਾਪੇ ਨੂੰ ਹੀ ਨਹੀਂ ਪਤਾ ਬੱਚੇ ਕਿੱਥੇ ਆ ਫਿਰ ਜਿਹੜੀਆਂ ਡਿਟੈਂਸ਼ਨ ਸੈਂਟਰ ਦੀਆਂ ਕੰਡੀਸ਼ਨਾਂ ਸੀ ਉਹ ਬੜੀਆਂ ਕਈ ਇਨਹਿਊਮਨ ਸੀਗੀਆਂ ਹੂੰ ਹੂੰ ਉਹਨਾਂ ਉਹਨਾਂ ਚ ਰੱਖਦੇ ਹੋਏ ਇਹਨਾਂ ਨੇ ਫਿਰ ਇਹ ਪਾਲਿਸੀ ਬਣਾਈ ਕਿ ਜੀ ਤੁਸੀਂ ਇਦਾਂ ਕਰੋ ਵੀ ਉਹ ਜਿਹੜੀਆਂ ਇਦਾਂ ਦੀਆਂ ਫੈਸਿਲਿਟੀਆਂ ਨੇ ਉਹ ਬੰਦ ਕਰੋ ਉਹਦੇ ਨਾਲ ਨਾਲ ਬੱਚਿਆਂ ਨੂੰ ਮਾਪੇ ਤੋਂ ਅੱਡ ਨਾ ਕਰੋ ਤੇ ਉਹਦੇ ਨਾਲ ਸਨੇਹਾ ਇਹ ਚੱਲ ਗਿਆ ਲੋਕਾਂ ਨੂੰ ਵੀ ਬਾਰਡਰ ਖੁੱਲ ਗਿਆ ਅਮਰੀਕਾ ਦਾ ਜੀ ਆਪਾਂ ਤੁਹਾਨੂੰ ਪਤਾ ਆਪਣੇ ਪ੍ਰੋਗਰਾਮਾਂ 'ਚ ਹਮੇਸ਼ਾ ਕਹਿੰਦੇ ਰਹੇ ਆਂ ਵੀ ਇੰਨਾ ਬਾਰਡਰ ਨਹੀਂ ਖੁੱਲਿਆ ਵੀ ਇਹੜਾ ਤਰੀਕੇ ਨਾਲ ਲੋਕ ਆਉਂਦੇ ਗ ਤੇ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਜੀ ਜੀ ਤੇ ਉਹ ਸਰਕਾਰ ਦਾ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਸੀਗਾ ਕਿ ਇੱਥੇ ਬਹੁਤ ਜ਼ਿਆਦਾ ਲੋਕ ਆ ਰਹੇ ਆ ਤੇ ਉਹਨਾਂ ਨੂੰ ਐਡਮਿਸ਼ਨ ਦੇ ਰਹੇ ਆ ਤੇ ਉਹਦਾ ਜਿਹੜਾ ਨੁਕਸਾਨ ਹੀ ਹੋਇਆ ਵੀ ਜਿਹੜੇ ਬਿੱਲ ਦੋ ਹਾਊਸ ਨੇ ਪਾਸ ਕਰਕੇ ਸੈਨੇਟ 'ਚ ਭੇਜੇ ਆ ਜਿਨ੍ਹਾਂ 'ਚ ਕੇ ਇੱਕ ਡਾਕਾ ਦਾ ਡਰੀਮਰ ਦਾ ਬਿੱਲ ਆ ਤੇ ਦੂਸਰਾ ਜਿਹੜਾ ਹੈਗਾ ਉਹ ਹੈਗਾ ਟੀਪੀਐਸ ਹੋਟਰ ਤੇ ਐਗਰੀਕਲਚਰ ਦਾ ਉਹ ਬਿੱਲ ਜਿਹੜਾ ਹੈਗਾ ਉਹ ਉਥੇ ਰਾਹ ਜੀ اٹਕੇ ਆ ਤੇ ਉਹਨਾਂ ਦਾ ਬੜੀਆਂ ਮੀਟਿੰਗਾਂ ਹੋਈਆਂ ਪਰ ਕਿਸੇ ਪਾਸੇ ਗੱਲ ਲੱਗੀ ਨਹੀਂ ਜੀ ਜੀ ਤੇ ਉਹ ਜਿਹੜੇ ਰਿਪਬਲਿਕਨ ਪਾਰਟੀ ਦੇ ਮਤਲਬ ਕੁਝ ਸੈਨੇਟਰਸ ਨੇ ਜਿਹੜੇ ਕ ਇਮੀਗ੍ਰੇਸ਼ਨ ਦੇ ਹੱਕ 'ਚ ਵੀ ਨੇ ਉਹ ਬੱਚਿਆਂ ਨੂੰ ਮਤਲਬ ਪੱਕਾ ਕਰਨਾ ਚਾਹੁੰਦੇ ਆ ਡਰੀਮਰਸ ਨੂੰ ਉਹਨਾਂ ਦਾ ਇਹ ਕਹਿਣਾ ਵੀ ਪਹਿਲਾਂ ਬਾਰਡਰ ਸਿਕਯੂਰ ਕਰੋ ਫਿਰ ਅਸੀਂ ਇਹਦੇ ਬਾਰੇ ਗੱਲ ਕਰਦੇ ਆ ਜੀ ਤੇ ਇਹ ਚੱਲਦੇ ਚੱਲਦੇ ਜਿਹੜਾ ਟੈਕਸਸ ਦਾ ਗਵਰਨਰ ਆ ਉਹਨੇ ਆਰਡਰ ਪਿੱਛੇ ਜਾਰੀ ਕੀਤਾ ਵੀ ਜਿਹੜੇ ਬੰਦੇ ਅਨ ਡਾਕੂਮੈਂਟਡ ਬੰਦਿਆਂ ਨੂੰ ਕੋ ਟ੍ਰਾਂਸਪੋਰਟ ਕਰੂਗਾ ਟੈਕਸੀਸ ਚ ਉਹਨੂੰ ਉੱਥੋਂ ਦੀ ਪੁਲਿਸ ਰੋਕੂਗੀ ਤੇ ਪੁਲਿਸ ਨੂੰ ਪਾਵਰ ਦੇਤੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀਆਂ ਨੂੰ ਵੀ ਇਹਨਾਂ ਚ ਕੀ ਆ ਸੋ ਇਸ ਤਰ੍ਹਾਂ ਦਾ ਜਿਹੜਾ ਮਤਲਬ ਸਰਕਾਰ ਦਾ ਕ੍ਰਿਡਿਸਮ ਹੋ ਰਿਹਾ ਸੀ ਕਿ ਜੀ ਇਹਨਾਂ ਨੇ ਜਿਹੜੀ ਬਾਰਡਰ ਪਾਲਿਸੀ ਬੜੀ ਲਿਬਰਲ ਕੀਤੀ ਆ ਤੇ ਹਜ਼ਾਰਾਂ ਲੋਕ ਆ ਰਹੇ ਨੇ ਉਹਨੂੰ ਜਿਹੜਾ ਉਹ ਉਹ ਗੱਲਾਂ ਨੂੰ ਦੂਰ ਕਰਨ ਵਾਸਤੇ ਇਹ ਸਰਕਾਰ ਨੇ ਆਰਡਰ ਕੀਤੇ ਆ ਕਿ ਜਿਹੜੇ ਸੈਂਟਰਲ ਅਮਰੀਕਾ ਤੋਂ ਬੰਦੇ ਆਉਂਦੇ ਆ ਉਹਨਾਂ ਦਾ ਕੋਈ ਕੋਈ ਖਾਸ ਕਲੇਮ ਨਹੀਂ ਹੁੰਦਾ ਤੇ ਉਹਨਾਂ ਨੂੰ ਜਲਦੀ ਜਿਹੜਾ ਮਤਲਬ ਇਥੇ ਐਂਟਰੀ ਦੇਣ ਦੀ بجائے ਬਾਰਡਰ ਤੋਂ ਹੀ ਰਿਪੋਰਟ ਕੀਤਾ ਜਾਵੇ ਜੀ ਇਹ ਉਹਦੀ ਪਾਲਿਸੀ ਆ ਬਿਲਕੁਲ ਜਿਹੜੀ ਕਿ ਟਰੰਪ ਵੇਲੇ ਸੀਗੀ ਲੇਕਿਨ ਟਰੰਪ ਵੇਲੇ ਜਿਵੇਂ ਉਹਨਾਂ ਨੂੰ ਬੱਚਿਆਂ ਨੂੰ ਮਾਪੇ ਤੋਂ ਅਡ ਕੀਤਾ ਜਾਂਦਾ ਸੀ ਅਡ ਨਹੀਂ ਕੀਤਾ ਜਾਏਗਾ ਸੋ ਇਹ ਜਿਹੜੀ ਪਾਲਿਸੀ ਆ ਇਹਨੂੰ ਇਹਨਾਂ ਨੇ ਇੰਪਲੀਮੈਂਟ ਸ਼ੁਰੂ ਕਰਤਾ ਹੁਣ ਇਹਦੇ ਬਾਰੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਾਂ ਵੀ ਇਹ ਇਹ ਹੈਗੀ ਆ ਵੀ ਹੋਮਲੈਂਡ ਸਿਕਿਉਰਿਟੀ ਨੇ ਇਹ ਸ਼ੁਰੂ ਕੀਤਾ ਵੀ ਜਿਹੜੇ ਵੀ ਬੰਦੇ সেন্ট্রਲ ਅਮਰੀਕਾ ਤੋਂ ਹੁਣ ਆਉਣਗੇ ਅ ਫਰਾਈਡੇ ਤੋਂ ਬਾਅਦ ਜਿਹੜਾ ਲੰਘਿਆ ਫਰਾਈਡੇ ਆ ਓਕੇ ਤੇ ਉਹਨਾਂ ਨੂੰ ਖਾਸ ਕਰਕੇ ਜਿਹੜੇ ਐਲ ਸੈਲਵਾਡੋਰ ਗੁਆਟੇਮਾਲਾ ਹੰਡੋਰਸ ਇਹਨਾਂ ਮੁਲਕਾਂ ਤੋਂ ਆਉਣਗੇ ਇੱਥੇ ਇਹ ਇਹਨਾਂ ਨੂੰ ਮਤਲਬ ਇਹ ਆ ਕਿ ਜਿਹੜੇ ਉੱਥੋਂ ਦੇ ਹੀ ਵਸਿੰਦੇ ਆ ਜਾਂ ਉੱਥੋਂ ਦੇ ਸਿਟੀਆ ਨਾ ਕਿ ਕੋਈ ਵੀ ਜਿਵੇਂ ਫਰਜ ਕੀਤਾ ਵਾਇਆ ਇੰਡੀਆ ਵਾਲੇ ਜਿਹੜੇ ਵਾਇਆ ਇਹਨਾਂ ਕੰਟਰੀਆਂ ਜਾਂ ਤਾਂ ਉਹਨਾਂ ਲਈ ਵੀ ਇਹ ਲੱਗ ਹੁੰਦਾ ਨਹੀਂ ਉਹਨਾਂ ਦੇ ਵੀ ਹੁੰਦਾ ਜਿਹੜਾ ਉਹਨਾਂ ਮੁਲਕਾਂ ਤੋਂ ਆਊਗਾ ਵਾਇਅਡ ਡੋਵਰ ਜਿਹੜੇ ਜੀ 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 ਉਹਨੂੰ ਇਹ ਆ ਵੀ ਅ ਕਿਉਂਕਿ ਜਿਹੜੇ ਉਹ ਬੰਦੇ ਨੇ ਉਹਨਾਂ ਦਾ ਰੀਜ਼ਨ ਇਹ ਹੈਗਾ ਕਿ ਅ ਉਹਨਾਂ ਦਾ ਕੋਈ ਵੈਲਿਡ ਕਲੇਮ ਨਹੀਂ ਹੁੰਦਾ ਜੀ ਤੇ ਜਿਹੜੇ ਸੈਲਮ ਦੇ ਗਰਾਊਂਡ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕਲੇਮ ਜ਼ਿਆਦਾ ਲੋਕਾਂ ਦੇ ਆਉਂਦੇ ਨਹੀਂ ਹਮਮ ਤੇ ਉਹਦੇ ਗੱਲ ਨੂੰ ਧਿਆਨ ਚ ਰੱਖਦੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਨੂੰ ਫੁੱਲ ਇਮੀਗ੍ਰੇਸ਼ਨ ਕੋਰਟ ਪ੍ਰੋਸੈਸ ਦੇ ਵਿੱਚ ਲੰਘਾਉਣ ਦੀ ਲੋੜ ਨਹੀਂ ਓਕੇ ਕਿਉਂਕਿ ਤੋਂ ਆਪਾਂ ਇਮੀਗ੍ਰੇਸ਼ਨ ਕੋਰਟ ਪ੍ਰੋਸੈਸ ਦਾ ਮਤਲਬ ਹੁੰਦਾ ਜੀ ਪਹਿਲਾਂ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦੀ ਆ ਉਦੋਂ ਬਾਅਦ ਇਮੀਗ੍ਰੇਸ਼ਨ ਜੱਜ ਕੋਲ ਹੁੰਦਾ ਫਿਰ ਮਾਸਟਰ ਡੇਟ ਪੈਂਦੀ ਆ ਬੌਂਡ ਹੁੰਦਾ ਜਾਂ ਉਦੋਂ ਛੱਡਦੇ ਕਈਆਂ ਨੂੰ ਫਿਰ ਮਾਸਟਰ ਪੈਂਦੀ ਆ ਫਿਰ ਇੰਡੀਵਿਜੂਅਲ ਪੈਂਦੀ ਆ ਉਹਨੂੰ ਸਾਲ ਲੱਗ ਜਾਂਦਾ ਜੀ ਤੇ ਉਹ ਫਿਰ ਐਂਟਰੀ ਜਾਣੀ ਪੈਂਦੀ ਆ ਅਮਰੀਕਾ 'ਚ ਸੋ ਸਰਕਾਰ ਦਾ ਕ੍ਰਿਟਿਸਿਜ਼ਮ ਇਹ ਸੀ ਵੀ ਲੋਕਾਂ ਨੂੰ ਐਂਟਰੀ ਦੇ ਰਹੇ ਨੇ ਇੱਥੇ ਵੀ ਐਂਟਰ ਇੱਥੇ ਲੋਕ ਇਲੀਗਲ ਹੋ ਰਹੇ ਆ ਓਕੇ ਉਹ ਇਹਨਾਂ ਨੇ ਕਿਹਾ ਵੀ ਇਹਨਾਂ ਬੰਦਿਆਂ ਨੂੰ ਇਮੀਗ੍ਰੇਸ਼ਨ ਜੱਜ ਦੇ ਕੋਲ ਲੈ ਜਾਣ ਦੀ ਲੋੜ ਹੀ ਨਹੀਂ ਤੇ ਉੱਥੋਂ ਬਾਰਡਰ ਤੋਂ ਰਿਪੋਰਟ ਕਰੋ ਓਕੇ ਸੋ ਇਹਨਾਂ ਨੇ ਹੁਣ ਫਲਾਈਟਸ ਜਿਹੜੀਆਂ ਨੇ ਉਹ ਜਿਹੜੀਆਂ ਪੱਕੀਆਂ ਲਾਤੀਆਂ ਨੇ ਵੀ ਜਿਹੜੇ ਇਹਨਾਂ ਮੁਲਕਾਂ ਤੋਂ ਬ ਉਹਨਾਂ ਨੂੰ ਪੁੱਛਗਿਛ ਕਰਕੇ ਵੀ ਕਿਉਂ ਆਏ ਆ ਕੀ ਗੱਲਬਾਤ ਆ ਜੇ ਉਹੀ ਕਲੇਮ ਆ ਜੋ ਉਹਨਾਂ ਦੇ ਪਹਿਲਾਂ ਹੈਗੇ ਸਾਰਾ ਤੇ ਇਹਨਾਂ ਨੂੰ ਉੱਥੇ ਵਾਪਸ ਕਹਿੰਦਾ ਮਤਲਬ ਸਖਤੀ ਹੋ ਗਈ ਉੱਥੋਂ ਸਖਤੀ ਹੋ ਗਈ ਆ ਹੁਣ ਫਰਾਈਡੇ ਤੋਂ ਬਾਅਦ ਜਿਹੜਾ ਵੀ ਬੰਦਾ ਇਹਨਾਂ ਮੁਲਕਾਂ ਤੋਂ ਫੈਮਿਲੀ ਆਵੇ ਜਾਂ ਕੋਈ ਓਦਾਂ ਆਵੇ ਉਹਨਾਂ ਨੂੰ ਇਹ ਉੱਥੇ ਵਾਪਸ ਭੇੜਣਗੇ ਜਿੱਥੋਂ ਆਏ ਆ ਐਂਟਰੀ ਨਹੀਂ ਦੇਣਗੇ ਅਮਰੀਕਾ ਦੇ ਸੋ ਇਹ ਅੱਗੇ ਜਿਵੇਂ ਉੱਥੇ ਲਿਆ ਕੇ ਤੇ ਬੇਲ ਕਰ ਦਿੰਦੇ ਸੀ ਉਹਨਾਂ ਨੂੰ ਕੈਂਪਾਂ 'ਚ ਲੈ ਜਾਂਦੇ ਸੀ ਉਹ ਟੋਟਲੀ ਬੰਦ ਹੋ ਗਿਆ ਉਹ ਟੋਟਲੀ ਬੰਦ ਕਰਤਾ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਐਂਟਰੀ ਨਹੀਂ ਮਿਲੂਗੀ ਉੱਥੋਂ ਰਿਪੋਰਟ ਕਰ ਤੇ ਉਹ ਫਿਰ ਆਪਣੇ ਕੰਟਰੀ ਵਾਪਸ ਚਲੇ ਜਾਣਗੇ ਤੇ ਲੇਕਿਨ ਇੰਨਾ ਜ਼ਰੂਰ ਆ ਵੀ ਪਾਲਿਸੀ ਹਿਮੇਨ ਹੈਗੀ ਆ ਵੀ ਬੱਚਿਆਂ ਨੂੰ ਮਾਪੇ ਤੋਂ ਅੱਡ ਨਹੀਂ ਕੀਤਾ ਜਾਊਗਾ ਓਕੇ ਪਰ ਅਮਰੀਕਾ 'ਚ ਐਂਟਰੀ ਨਹੀਂ ਦਿੱਤੀ ਜਾਊਗੀ ਠੀਕ ਹੈ ਜੀ ਠੀਕ ਹੈ ਤੇ ਇੱਕ ਨਵਾਂ ਕੋਈ ਆਇਆ ਕਿ H1 ਵੀਜ਼ਾ ਉਹਦੇ ਲਾਟਰੀ ਸਿਸਟਮ ਜਿਹੜਾ ਕੱਢਦੇ ਹੁੰਦੇ ਆ ਉਹਨਾਂ ਦੇ ਵੀ ਕਿੰਨੇ ਬੰਦੇ ਰੱਖਣੇ ਆ ਮੇਰੇ ਖਿਆਲ ਅਗਸਤ 'ਚ ਡਿਊ ਆ ਜੀ ਤੇ ਉਹਦੇ ਬਾਰੇ ਕੀ ਅਪਡੇਟ ਹੈਗੀ ਆ ਰੰਧਾਵਾ ਸਾਹਿਬ ਇਸ ਤਰ੍ਹਾਂ ਆ ਕਿ H1B ਬਾਰੇ ਤੁਹਾਨੂੰ ਜਿਵੇਂ ਆਪਾਂ ਗੱਲ ਅੱਗੇ ਕਰਦੇ ਰਹੇ ਆ ਕਿ ਪਹਿਲਾਂ ਟਰੰਪ ਨੇ ਕਾਫੀ ਰੈਸਟ੍ਰਿਕਸ਼ਨਾਂ ਲਾਈਆਂ ਸੀ ਜੀ ਤੇ ਉਦੋਂ ਬਾਅਦ ਲੇਕਿਨ ਬੇਸਿਕਲੀ ਇਹ ਜਿਹੜੀ ਇਹਦੀ ਮਤਲਬ ਪੈਕਡ ਚੂਜ਼ ਹੁੰਦੀ ਆ ਵੀ ਕਿਹਨੂੰ ਮਿਲਣਾ ਕਿਹਨੂੰ ਨਹੀਂ ਉਹ ਲੋਟਰੀ ਦੀ ਵੇਸ ਤੇ ਹੁੰਦੀ ਆ ਜੀ ਤੇ ਇੱਥੇ ਮੈਂ ਜਾਣਕਾਰੀ ਦੇ ਦਾਂ ਕਿ ਜੂਨ ਦੇ ਵਿੱਚ ਜਿਹੜਾ ਲੰਘਿਆ ਜੂਨ ਆ ਯੂਐਸਸੀਆਈਐਸ ਨੂੰ 3 ਲੱਖ 8000 ਐਪਲੀਕੇਸ਼ਨਾਂ ਮਿਲੀਆਂ ਜੀ ਜੀ ਤੇ ਉਹਨਾਂ ਵਿੱਚੋਂ 87500 ਬੰਦਿਆਂ ਨੂੰ ਜਿਹੜਾ ਹੈਗਾ ਉਹ ਸਿਲੈਕਟ ਕੀਤਾ ਗਿਆ ਲੋਟਰੀ ਨਾਲ ਓਕੇ ਵੀ 3 ਲੱਖ ਚੋਂ ਤੁਸੀਂ ਦੇਖ ਲਓ ਵੀ ਮਤਲਬ ਅੱਧੇ ਤੋਂ ਵੀ ਘੱਟ ਬਣਦੇ ਆ ਇਹ ਜੀ ਜੀ ਹਾ ਅਲਮੋਸਟ ਤੇ ਇਹਦਾ ਮਤਲਬ ਹੈ ਰਿਜੈਕਸ਼ਨ ਰੇਟ ਇਹਦਾ ਬਹੁਤ ਜ਼ਿਆਦਾ ਸੋ 87000 ਲੋਕਾਂ ਨੂੰ ਕੀਤਾ ਗਿਆ 3 ਲੱਖ ਚੋਂ ਓਕੇ ਤੇ ਉਹ ਹੁਣ ਇਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਕੰਪਨੀਆਂ ਨੂੰ ਬੰਦਿਆਂ ਦੀ ਲੋੜ ਆ ਉਹ ਹੁਣ ਜਿਹੜੇ ਬੰਦੇ ਰਿਜੈਕਟ ਕੀਤੇ ਨੇ ਉਹ ਜੈਨੂਇਨ ਹੈਗੀਆਂ ਕੰਪਨੀਆਂ ਇਹ ਤਾਂ ਹੈ ਨਹੀਂ ਵੀ ਉਹ ਉਦਾਂ ਹੀ ਸਿਆਰ ਕਰਨ ਆ ਰਹੇ ਇਥੇ ਉਹ ਜੀ ਵੀ ਵਿਜ਼ਟਰ ਵੀਜ਼ਾ ਕੋ ਆ ਰਿਹਾ ਤੇ ਰਿਜੈਕਟ ਕਰਤਾ ਤੇ ਉਹ ਉਹਨਾਂ ਨੇ ਇਸ ਗੱਲ ਦਾ ਕਿਹਾ ਵੀ ਸਾਨੂੰ ਬੰਦਿਆਂ ਦੀ ਲੋੜ ਆ ਤੇ ਰਿਜੈਕਟ ਕਰੀ ਜਾਂਦੇ ਹੋ ਅਸੀਂ ਆਪਣਾ ਬਿਜ਼ਨਸ ਕਿੱਦਾਂ ਚਲਾਉਣਾ ਉਹਦੇ ਵਾਸਤੇ ਉਹਨਾਂ ਨੇ ਕਿਹਾ ਵੀ ਹੁਣ ਯੂਐਸਆਈਐਸ ਫਰੈਸ਼ ਪਟੀਸ਼ਨਸ ਲਊਗੀ ਐਚ1ਬੀ ਦੀਆਂ ਠੀਕ ਦੁਬਾਰਾ ਠੀਕ ਹੈ ਸ਼ੁਰੂ ਹੋਊਗਾ ਕਹਿਣ ਦਾ ਬਦਲਾਅ ਹਾਂ ਦੁਬਾਰਾ ਹੋਊਗਾ ਤੇ ਹੋਰ ਜਿਹੜੇ ਬੰਦੇ ਰਿਜੈਕਟ ਹੋ ਗਏ ਜਾਂ ਰਹਿ ਗਏ ਉਹਨਾਂ ਨੂੰ ਦੁਬਾਰਾ ਲਿਆ ਜਾਊਗਾ ਤੇ ਉਹਨਾਂ ਦਾ ਫਿਰ ਉਹ ਜਿਹੜਾ ਹੈਗਾ ਉਹ ਰੈਂਡਮ ਸਿਲੈਕਸ਼ਨ ਪ੍ਰੋਸੈਸ ਕੀਤਾ ਜਾਊਗਾ ਕਹਿਣ ਦਾ ਮਤਲਬ ਇਹ ਵੀ ਗਵਰਨਮੈਂਟ ਦੀ ਪਾਲਿਸਿਜ਼ ਹੈਗੀ ਆ ਵੀ ਹੋਰ ਬੰਦੇ ਜਿਹੜੇ ਪੜੇ ਲਿਖੇ ਬੰਦੇ ਜਿਹੜੇ ਆ ਹੋਰ ਇੱਥੇ ਬੁਲਾਏ ਜਾਣ ਅਮਰੀਕਾ ਚ ਬੜੀ ਵੱਡੀ ਖੁਸ਼ਖਬਰੀ ਹੈ ਬਿਲਕੁਲ ਕਿਉਂਕਿ ਜਿਹੜਾ ਪਿਛਲਾ ਕੀਤਾ ਗਿਆ ਜੀ ਉਹਦੇ ਚ 3 ਲੱਖ 8000 ਐਪਲੀਕੇਸ਼ਨਾਂ ਚ ਹੁਣ ਬਾਕੀ ਜਿਹੜੇ ਰਹਿ ਗਏ ਉਹਨਾਂ ਦੀ ਜਿਹੜੇ ਬਿਜ਼ਨੈਸਸ ਨੂੰ ਲੋੜ ਆ ਉਹ ਬਿਜ਼ਨਸ ਕਹਿੰਦੇ ਵੀ ਸਾਡੇ ਬੰਦੇ ਰਹਿ ਗਿਆ ਸੀ ਹੁਣ ਕੰਮ ਕਿਦਾਂ ਚਲਾਉਣਾ ਜੀ ਜੀ ਉਹ ਫਿਰ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਨੇ ਕਿਹਾ ਵੀ ਅਸੀਂ ਅਗਸਤ 2 ਤੋਂ ਦੁਬਾਰਾ ਫੇਰ ਸ਼ੁਰੂ ਕਰਾਂਗੇ ਤੇ ਬੰਦੇ ਦੁਬਾਰਾ ਅਪਲਾਈ ਕਰ ਸਕਦੇ ਆ ਇਹ ਜਿਹੜੀ ਦੀ ਨਵੀਂ ਖਬਰ ਆ ਬਾਕੀ ਜਿਵੇਂ ਜਿਵੇਂ ਇਹਦੀ ਹੁਣ ਅੱਗੇ ਨਵੀਂ ਆਊਗੀ ਅਪਡੇਟ ਉਹ ਆਪਾਂ ਦਵਾਂਗੇ ਇਮੀਗ੍ਰੇਸ਼ਨ ਸੰਬੰਧੀ ਕੋਈ ਹੋਰ ਅਪਡੇਟ ਹੋਵੇ ਜੀ ਤੁਹਾਡੇ ਕੋਲ ਹਾਂਜੀ ਅ ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈਗੀ ਆ ਕਿ ਜਿਹੜੇ ਅਟਾਰਨੀ ਜਰਨਲ ਨੇ ਜੀ ਅ ਅਮਰੀਕਾ ਦੇ ਉਹਨਾਂ ਨੇ ਟੈਕਸਸ ਜਿਹੜੀ ਹੈਗੀ ਆ ਸਟੇਟ ਉਹਦੇ ਉੱਤੇ ਉਹਨੂੰ ਸੂਹ ਕੀਤਾ ਉਹਤੇ ਕੇਸ ਕੀਤਾ ਆ ਓਕੇ ਕਿ ਜਿਹੜਾ ਉੱਥੋਂ ਦੇ ਗਵਰਨਰ ਨੇ ਕਿਹਾ ਸੀ ਵੀ ਜਿਹੜੇ ਬੰਦੇ ਉੱਥੋਂ ਲੰਘਣਗੇ ਜਿਹੜੇ ਅਨ ਡਾਕੂਮੈਂਟਡ ਬੰਦੇ ਆ ਜਾਂ ਉਹਨੂੰ ਕੋ ਟ੍ਰੈਵਲ ਕਰਾਊਗਾ ਉਹਦੇ ਉੱਤੇ ਅਸੀਂ ਉਹਨੂੰ ਫੜਾਂਗੇ ਅਰੈਸਟ ਕਰਾਂਗੇ ਤੇ ਉਹ ਜਸਟਿਸ ਡਿਪਾਰਟਮੈਂਟ ਨੇ ਉੱਥੇ ਲੋਕਲ ਡਿਸਟ੍ਰਿਕਟ ਕੋਰਟ ਦੇ ਵਿੱਚ ਕੇਸ ਕਰਤਾ ਟੈਕਸਸ ਦੇ ਖਿਲਾਫ ਜੀ ਜੀ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਮੂਵ ਹੈਗੀ ਆ ਇਹ ਗਲਤ ਆ ਕਿਉਂਕਿ ਜਿਹੜਾ ਇਹ ਅਧਿਕਾਰ ਆ ਇਹ ਫੈਡਰਲ ਗਵਰਨਮੈਂਟ ਦਾ ਆ ਕਿ ਫੈਡਰਲ ਗਵਰਨਮੈਂਟ ਫੈਸਲਾ ਕਰਦੀ ਆ ਕਿ ਜਿਹੜੇ ਬੰਦੇ ਇੱਥੇ ਕਿਹਨੂੰ ਆਉਣ ਦੇਣਾ ਕਿਹਨੂੰ ਨਹੀਂ ਆਉਣ ਦੇਣਾ ਇਹ ਸਟੇਟ ਫੈਸਲਾ ਨਹੀਂ ਕਰ ਸਕਦੀ ਸਟੇਟ ਦਾ ਇਹ ਅਧਿਕਾਰ ਨਹੀਂ ਹੈਗਾ ਵੀ ਅ ਅਨ ਡਾਕੂਮੈਂਟਡ ਬੰਦਾ ਕੌਣ ਹੋਵੇ ਡਾਕੂਮੈਂਟਡ ਕੌਣ ਹੋਵੇ ਉਹਨੂੰ ਵਰ ਪਰਮਿਟ ਦੇਣੇ ਜਾਂ ਕਿਹਨੂੰ ਰੋਕਣਾ ਕਿਹਨੂੰ ਆਉਣ ਦੇਣਾ ਇਹ ਸਟੇਟ ਦਾ ਇਹ ਨਾਲ ਕੋ ਲੈਣਾ ਦੇਣਾ ਨਹੀਂ ਤੇ ਉਹਨਾਂ ਨੇ ਕਿਹਾ ਵੀ ਇਸ ਕਰਕੇ ਇਹ ਜਿਹੜੇ ਮਤਲਬ ਆਰਡਰ ਸੀ ਉਹਦਾ ਆਰਡਰ ਇਹ ਸੀਗਾ ਵੀ ਜਿਹੜੇ ਬੰਦੇ ਬਾਰਡਰ ਕ੍ਰੋਸ ਕਰਕੇ ਆਉਂਦੇ ਉਹਨਾਂ ਨੂੰ ਕੋਈ ਗਰਾਉਂਡ ਟਰਾਂਸਪੋਰਟੇਸ਼ਨ ਨਹੀਂ ਦਿੱਤੀ ਜਾਊਗੀ ਜੀ 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 ਟੈਕਸਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਹੁਣ ਜੇ ਗਰਾਉਂਡ ਟਰਾਂਸਪੋਰਟੇਸ਼ਨ ਨਹੀਂ ਮਿਲੂਗੀ ਤਾਂ ਜਾਣਗੇ ਕਿਵੇਂ ਜਿਵੇਂ ਕਿ ਇਹਦਾ ਬਾਉਂਡ ਹੋ ਜਾਂਦਾ ਸਰਕਾਰ ਛੱਡ ਦਿੰਦੀ ਆ ਜੀ ਜੀ ਤਾਂ ਉਹਨਾਂ ਦੀ ਟਰਾਂਸਪੋਰਟੇਸ਼ਨ ਕਿਵੇਂ ਹੋਊਗੀ ਜੀ 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 ਠੀਕ ਆ ਨਾ ਤਾਂ ਉਹਦੇ ਕਰਕੇ ਉਹ ਉਹ ਉਹਨਾਂ ਨੇ ਕਿਹਾ ਵੀ ਇਹ ਤਾਂ ਫੈਡਰਲ ਗਵਰਨਮੈਂਟ ਨੇ ਦੇਖਣਾ ਕਿ ਕਿਹਨੂੰ ਐਂਟਰੀ ਦੇਣੀ ਆ ਕਿਹਨੂੰ ਨਹੀਂ ਦੇਣੀ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਰੱਖਣਾ ਤੇ ਜਿਹੜੀ ਸਟੇਟ ਗਵਰਨਮੈਂਟ ਇਹ ਤੇ ਡਿਸਾਈਡ ਨਹੀਂ ਕਰ ਸਕਦੀ ਓਕੇ ਸੋ ਸ ਕਿ ਜੇ ਕੋਈ ਬੰਦਾ ਬਾਰਡਰ ਕ੍ਰੋਸ ਕਰਕੇ ਆਊਗਾ ਤੇ ਉਹਨੂੰ ਜਿਹੜੀ ਸਰਕਾਰ ਛੱਡਦੀ ਆ ਉਹ ਬਾਉਂਡ ਤੇ ਛੱਡਦੇ ਆ ਜਾਂ ਉਹਨੂੰ ਉਧਰ ਰਿਲੀਜ਼ ਕਰਦੇ ਨੇ ਜਾਂ ਕਿਵੇਂ ਵੀ ਆ ਉਹਨੂੰ ਕੋਈ ਬੰਦਾ ਟਰਾਂਸਪੋਰਟੇਸ਼ਨ ਨਹੀਂ ਦੇ ਸਕਦਾ ਜੀ ਜੀ ਤੇ ਉਹਦੇ ਨਾਲ ਜਿਹੜੀ ਹੈਗੀ ਆ ਉਹ ਫਿਰ ਜਿਹੜੀ ਫੈਡਰਲ ਗਵਰਨਮੈਂਟ ਦੀ ਨੀਤੀ ਆ ਉਹਦੇ ਵਿੱਚ ਅਸਰ ਪੈਂਦਾ ਜੀ ਜੀ ਤੇ ਉਹਦੇ ਚ ਰਕਾਬੜਾ ਕਿਉਂਕਿ ਇਹ ਸਬਜੈਕਟ ਫੈਡਰਲ ਆ ਨਾ ਇਮੀਗ੍ਰੇਸ਼ਨ ਦਾ ਸਟੇਟ ਦਾ ਨਹੀਂ ਉਹਦੇ ਕਰਕੇ ਉਹਨਾਂ ਨੇ ਉਹਨੂੰ ਜਿਹੜਾ ਹੈਗਾ ਉਹ ਉਹ ਸੂ ਕੀਤਾ ਆ ਜੀ ਜੀ ਤੇ ਉਹਨਾਂ ਨੇ ਇਹ ਕਿਹਾ ਕਿ ਮਤਲਬ ਇਹ ਉਹ ਟੈਕਸਸ ਨਾਲ ਅੱਗੇ ਵੀ ਪੰਗਾ ਕੋਈ ਪਿੱਛੇ ਪਬਲਿਕ ਅਸਟ੍ਰੇਜਨ ਇਹਨਾਂ ਨੇ ਕੇਸ ਕੀਤਾ ਸੀਗਾ ਡਾਕ ਵਾਲਿਆਂ ਦੇ ਖਿਲਾਫ ਤੇ ਜਿਹੜਾ ਉੱਥੋਂ ਦਾ ਹੂਸਟਨ ਦਾ ਇੱਕ ਜੱਜ ਸੀ ਉਹਨੇ ਉਹ ਡਾਕ ਵਾਲਿਆਂ ਦੇ ਖਿਲਾਫ ਉਹ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਲੈਣੀਆਂ ਰੋਕਤੀਆਂ ਸੀ ਜੀ ਉਹ ਅਜੇ ਤੱਕ ਵੀ ਰੁਕੀਆਂ ਤੇ ਇਹਨਾਂ ਦੀ ਹੁਣ ਕੋਸ਼ਿਸ਼ ਹੈਗੀ ਆ ਕਿ ਉਹ ਬਿੱਲ ਪਾਸ ਕੀਤਾ ਜਾਵੇ ਜੀ ਹੁਣ ਜਿਹੜਾ ਪਹਿਲਾਂ ਟਰਾਈ ਤਾਂ ਸਰਕਾਰ ਦੀ ਇਹ ਸੀ ਕਿ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ ਵੀ ਇਹਦੇ ਨਾਲ ਜੋੜ ਕੇ ਕਰ ਦੋ ਇਹਨੂੰ ਜੀ ਹੁਣ ਇਨਫਰਾਸਟ੍ਰਕਚਰ ਬਿੱਲ ਜਿਹੜਾ ਹੈਗਾ ਉਹਦੇ ਵਿੱਚ ਕੀ ਹੋਇਆ ਵੀ ਕਈ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਨੇ ਉਹ ਕਹਿੰਦੇ ਵੀ ਮਤਲਬ ਜਿਹੜੀ ਸਪੈਂਡਿੰਗ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਕਿ 100 ਟ੍ਰਿਲੀਅਨ ਡਾਲਰ ਬਹੁਤ ਜ਼ਿਆਦਾ ਹੈ ਵੀ ਬੀਬੀ ਇਹਨੂੰ ਘੱਟ ਕਰੋ ਓਕੇ ਤੇ ਇਹਨਾਂ ਨੂੰ ਹੁਣ ਉਹਨੂੰ ਪਾਸ ਕਰਨ ਵਾਸਤੇ ਇੱਕ ਇੱਕ ਸੈਨੇਟਰ ਦੀ ਵੋਟ ਦੀ ਲੋੜ ਆ ਮਤਲਬ ਇੱਕ ਇੱਕ ਸੈਨੇਟਰ ਦੀ ਲੋੜ ਆ ਕਿਉਂਕਿ 50-50 ਦੀ ਹੈ ਟੋਟਲ ਓਕੇ ਇਹਨਾਂ ਨੇ ਫਿਰ ਹੁਣ ਕੀ ਕੀਤਾ ਵੀ ਜਿਹੜੀ ਲੀਡਰਸ਼ਿਪ ਆ ਇਹਨਾਂ ਨੇ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲ ਸ਼ੁਰੂ ਕੀਤੀ ਕਰਨੀ ਜੀ ਉਹਨਾਂ ਨੇ ਇਹ ਵੀ ਜਿਹੜੀ ਇਹਦੀ ਸਪੈਂਡਿੰਗ ਹੈਗੀ ਆ ਉਹ 3 ਜਿਹੜੀ ਹੈਗੀ ਟ੍ਰਿਲੀਅਨ ਤੋਂ ਘਟਾ ਕੇ ਤੇ ਇਹਨੂੰ ਘਟਾਓ ਜੀ ਜੀ 1 ਟ੍ਰਿਲੀਅਨ ਤੇ ਲਿਆਓ ਓਕੇ ਤੇ ਅਸੀਂ ਇਹਦੀ ਸਪੋਰਟ ਕਰਾਂਗੇ ਤੇ ਉਹ ਜਿਹੜੀ ਗੱਲਬਾਤ ਹੋ ਰਹੀ ਉਹਦੇ ਨਾਲ ਹੁਣ 67 ਸੈਂਟਰ ਲੱਗੇ ਨਾਲ ਓਕੇ ਤੇ ਪਰ ਉਹਦੇ ਚ ਆਏ ਆ ਵੀ ਕੋਈ ਰਿਪਬਲਿਕਨ ਚਾਹੀਦਾ ਤਾਂ 50 ਆ ਓਕੇ ਪਰ ਕਿਉਂਕਿ ਹੁਣ ਰਿਪਬਲਿਕਨ ਸੈਂਟਰ ਸਪੋਰਟ ਕਰ ਰਹੇ ਆ ਉਹ ਚ ਇਮੀਗ੍ਰੇਸ਼ਨ ਦਾ ਨਹੀਂ ਲੱਗਣਾ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਨਹੀਂ ਲੱਗਣ ਦੇਣਾ ਇਹਦੇ 'ਚ ਇਮੀਗ੍ਰੇਸ਼ਨ ਦੀ ਵੱਖਰੀ ਗੱਲ ਹੋਊਗੀ ਓਕੇ ਹੁਣ ਇਮੀਗ੍ਰੇਸ਼ਨ ਬਾਰੇ ਖਾਸ ਕਰਕੇ ਜਿਹੜਾ ਹੈਗਾ ਡਰੀਮਰਸ ਤੇ ਐਗਰੀਕਲਚਰਲ ਜਿਹੜੇ ਕਾਂਗਰਸ ਦੇ ਮੈਂਬਰਸ ਨੇ ਕਹੀ ਸੈਨੇਟਰਸ ਨੇ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਮਿਲੇ ਪਿਛਲੇ ਹਫਤੇ ਉਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਦਾ ਬਿੱਲ ਜਿਹੜਾ ਉਹ ਤੇ ਵਿਚੇ ਰਹਿ ਗਿਆ ਵੀ ਇਹਦਾ ਕੀ ਕਰਨਾ ਤੇ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਾਂ ਤਾਂ ਇਹਦੇ 'ਚ ਪਾਸ ਹੋਣਾ ਚਾਹੀਦਾ ਵੀ ਪ੍ਰੈਜ਼ੀਡੈਂਟ ਨੇ ਵੀ ਇਹਦੇ ਨਾਲ ਜੇ ਇਹਦਾ ਨਹੀਂ ਹੁੰਦਾ ਤਾਂ ਗਾਂ ਬਜਟ ਹੋਣਾ ਪਾਸ ਜੀ ਵੀ ਬਜਟ ਨਾਲ ਜੋੜ ਕੇ ਕਰ ਦੋ ਤੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਹਦੇ ਵਿੱਚ ਰਿਪਬਲਿਕਨ ਪਾਰਟੀ ਤੇ ਸੈਂਟਰ ਨਹੀਂ ਜੁੜਦੇ ਨਾਲ ਤਾਂ ਅਸੀਂ ਕਿਸੇ ਤਰੀਕੇ ਨਾਲ ਇਹਨੂੰ ਜਿਵੇਂ ਮਰਜ਼ੀ ਕਰੀਏ ਪਰ ਇਨਫਰਾਸਟ੍ਰਕਚਰ ਦੀ ਹੁਣ ਇਹ ਇਹ ਲੱਗਦਾ ਵੀ ਜਿਵੇਂ ਇਹਨਾਂ ਨੇ ਰੱਖਿਆ ਸੀ ਕਿ ਤਿੰਨ 3.5 ਟ੍ਰਿਲੀਅਨ ਜਾਂ ਤਿੰਨ ਟ੍ਰਿਲੀਅਨ ਤੋਂ ਉੱਪਰ ਉਹ ਘਟ ਕੇ ਇੱਕ ਟ੍ਰਿਲੀਅਨ ਰਹਿ ਜਾਊਗਾ ਤੇ ਇੱਕ ਪਿਛਲੇ ਦਿਨੀ ਇੱਕ ਵੈਬ ਮੀਟਿੰਗ ਹੋਈ ਸੀ ਸੈਨੇਟਰ ਐਲੈਕਸ ਪਡੇਲਾ ਨਾਲ ਹਾਂਜੀ ਉਦੋਂ ਤੁਸੀਂ ਇੱਕ ਆਵਾਜ਼ ਚੁੱਕੀ ਸੀ ਕਿ ਜਿਹੜਾ ਬੰਬੇ ਜਿਹੜੀ ਐਮਬੈਸੀ ਹੈ ਉਹਨੂੰ ਦਿੱਲੀ ਸ਼ਿਫਟ ਕੀਤਾ ਜਾਵੇ ਉਹਨਾਂ ਬੜਾ ਵਧੀਆ ਹੰਗਾਰਾ ਦਿੱਤਾ ਸੀ ਕੀ ਉਸ ਤੋਂ ਬਾਅਦ ਕੋਈ ਹੋਰ ਵੀ ਕੋਈ ਅਪਡੇਟ ਆਈ ਹੈ ਜੀ ਹਾਂਜੀ ਉਦੋਂ ਬਾਅਦ ਮੈਂ ਉਸ ਗੱਲ ਦੇ ਵਿੱਚ ਸਰਗਰਮ ਹਾਂ ਕਿਉਂਕਿ ਮੈਂ ਇਹ ਫੀਲ ਕਰਦਾ ਵੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਬੰਬੇ ਜਾਣਾ ਪੈਂਦਾ ਹੈ ਮੁੰਬਈ ਜਾਣਾ ਪੈਂਦਾ ਇੰਟਰਵਿਊਆਂ ਦੇਣ ਉਹ ਬੜਾ ਔਖਾ ਕਿਉਂਕਿ ਜਿਹੜਾ ਦਿੱਲੀ ਆ ਉਹ ਉੱਥੇ ਇੱਕ ਤਾਂ ਉਹਦਾ ਮੇਨ ਦੇਖੋ ਵੀ ਜਿਹੜਾ ਕਾਉਂਸਿਲੇਟ ਆ ਅੰਬੈਸਡਰ ਆ ਉਹ ਦਿੱਲੀ ਮਤਲਬ ਬੈਠਾ ਜਿਸ ਨੇ ਇੰਨੇ ਸਾਲਾਂ ਤੋਂ 30 40 50 ਸਾਲ ਤੋਂ ਦਿੱਲੀ ਇੰਟਰਵਿਊ ਹੋ ਰਹੀਆਂ ਸੀ ਹੁਣ ਜਿਹੜੀਆਂ ਇਮੀਗ੍ਰੈਂਟ ਦੀਆਂ ਵੀਜ਼ੇ ਦੀਆਂ ਇੰਟਰਵਿਊਆਂ ਹੈਗੀਆਂ ਇਹ ਉੱਥੇ ਮੁੰਬਈ ਕਰਨੀਆਂ ਇਹਦਾ ਕੋਈ ਜਿਹੜੀ ਹੈਗੀ ਆ ਉਹ ਤਕ ਨਹੀਂ ਹੈਗੀ ਕਿਉਂਕਿ ਇੱਕ ਤਾਂ ਉਥੇ ਜਾਣਾ ਬਹੁਤ ਔਖਾ ਰਹਿਣਾ ਬਹੁਤ ਔਖਾ ਤੇ ਖਾਸ ਕਰਕੇ ਆ ਪੰਡੈਮਿਕ ਦੇ ਕਰਕੇ ਤਾਂ ਬਹੁਤ ਹੀ ਔਖਾ ਤੇ ਇਸ ਕਰਕੇ ਇਹਦੇ ਚ ਜਿਹੜੀ ਗੱਲਬਾਤ ਮੈਂ ਸ਼ੁਰੂ ਕੀਤੀ ਤੇ ਜਿਹੜੇ ਸੈਨੇਟਰ ਹੈਗੇ ਐਲੈਕਸ ਪੋਡੇਲਾ ਉਹ ਇਮੀਗ੍ਰੇਸ਼ਨ ਹੋਮਲੈਂਡ ਸਕਿਉਰਿਟੀ ਦੀ ਜਿਹੜੀ ਕਮੇਟੀ ਉਹਦੇ ਚ ਵੀ ਹੈਗੇ ਆ ਪਲੱਸ ਉਹ ਇਮੀਗ੍ਰੇਸ਼ਨ ਦੇ ਹੱਕ ਜਨੇ ਤੇ ਉਹਨਾਂ ਨੇ ਕਿਹਾ ਵੱਡੀ ਗੱਲ ਉਹਨਾਂ ਨੇ ਉਸ ਮੀਟਿੰਗ ਦੌਰਾਨ ਇਹ ਵੀ ਕਿਹਾ ਸੀ ਕਿ ਜਿਹੜੇ ਹੁਣ ਐਮਬੈਸਡਰ ਉਹਨਾਂ ਦੇ ਪੁਰਾਣੇ ਮਿੱਤਰ ਇਕੱਠੇ ਹੋ ਇੱਕੋ ਸਿਟੀ ਚ ਕੰਮ ਕਰਦੇ ਰਹੇ ਆ ਜਿਹੜੇ ਹੁਣ ਅੰਬੈਸਡਰ ਲਾਏ ਆ ਇੰਡੀਆ ਦੇ ਜੀ ਉਹ ਮੇਅਰ ਨੇ ਇਸ ਟਾਈਮ ਲਾਸ ਐਂਜਲਸ ਦੇ ਬਿਲਕੁਲ ਤੇ ਉਹ ਤੇ ਇਸ ਕਰਕੇ ਉਹ ਉਹਨਾਂ ਨੂੰ ਸਾਰੀ ਸਿਚੁਏਸ਼ਨ ਦਾ ਜਿਹੜਾ ਪਤਾ ਆ ਬਿਲਕੁਲ ਤੇ ਉਹਨਾਂ ਤੱਕ ਗੱਲ ਇਹ ਪਹੁੰਚ ਗਈ ਆ ਸਾਡੀ ਮੀਟਿੰਗ ਹੋਈ ਸੀਗੀ ਕੈਰਨ ਬੈਸ ਨਾਲ ਜਿਹੜੇ ਕਿ ਲਾਸ ਐਂਜਲਸ ਏਰੀਆ ਦੇ ਕਾਂਗਰਸ ਵੂਮਨ ਨੇ ਤੇ ਉਹ ਜਿਹੜਾ ਬਲੈਕ ਕੌਗਸਾ ਉਹਦੇ ਚੇਅਰਮੈਨ ਨੇ ਜੀ ਜਿਹੜੇ ਮਤਲਬ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹਾਊਸ ਦੇ ਵਿੱਚ ਬਲੈਕ ਆਗਸਟ ਆਉਂਦੇ ਆ ਉਹਦੇ ਚੇਅਰਮੈਨ ਬੜੀ ਇੰਪੋਰਟੈਂਟ ਪੋਜੀਸ਼ਨ ਚ ਆ ਤੇ ਉਹਨਾਂ ਨੇ ਬਾਕਾਇਦਾ ਮੈਨੂੰ ਕਿਹਾ ਵੀ ਤੁਸੀਂ ਸਾਨੂੰ ਲਿਖ ਕੇ ਲੈਟਰ ਦਿਓ ਸੋ ਮੈਂ ਵਿਸ਼ਿੰਗਟਨ ਡੀਸੀ ਗਿਆ ਸੀ ਇਸ ਵੀਕ ਜੀ ਤੇ ਜਾ ਕੇ ਮੈਂ ਪਹਿਲਾਂ ਤਾਂ ਮੈਂ ਨਿਊਯਾਰਕ ਸੀਗਾ ਉੱਥੇ ਗਿਆ ਉੱਥੇ ਜਾ ਕੇ ਮੈਂ ਲੈਟਰ ਉਹਨਾਂ ਨੂੰ ਸਟੇਟ ਡਿਪਾਰਟਮੈਂਟ ਵਾਲਿਆਂ ਨੂੰ ਤੇ ਪਲੱਸ ਜਿਹੜੇ ਕਾਂਗਰਸਮੈਨ ਨੂੰ ਤੇ ਸੈਨੇਟਰਾਂ ਨੂੰ ਉਹ ਮੈਂ ਦੇਖ ਕੇ ਆਇਆ ਵੀ ਇਹ ਜਿਹੜੀ ਐਮਬੈਸੀ ਆ ਜਿਹੜਾ ਇਮੀਗ੍ਰੈਂਟ ਵੀਜ਼ੇ ਦੀ ਇੰਟਰਵਿਊ ਦਿੱਲੀ ਹੋਣੀ ਚਾਹੀਦੀ ਆ ਨਾ ਕਿ ਬੰਬੇ ਤੇ ਉਹਨਾਂ ਦਾ ਬੜਾ ਹਾਂ ਪੱਖੀ ਹੰਗਾਰਾ ਉਹ ਕਹਿੰਦੇ ਆ ਕਿ ਅਸੀਂ ਇਹਦੇ ਬਾਰੇ ਤੁਹਾਡੇ ਨਾਲ ਜਲਦੀ ਸੰਪਰਕ ਕਰਾਂਗੇ ਤੇ ਅਸੀਂ ਪਹਿਲਾਂ ਤਾਂ ਇਹ ਦੇਖਦੇ ਆਂ ਵੀ ਇਹ ਮੂਵ ਕਿਉਂ ਕੀਤੀ ਗਈ ਜੀ ਇਹਦੇ ਪਿੱਛੇ ਕੀ ਕਾਰਨ ਕੀ ਕੋਈ ਇਹਦੇ ਪਿੱਛੇ ਟੈਕਨੀਕਲ ਕਾਰਨ ਆ ਕਿ ਵੈਸੇ ਆ ਤੇ ਦੂਜਾ ਇਹ ਆ ਵੀ ਜੇ ਕੋਈ ਖਾਸ ਮਤਲਬ ਇੰਪੋਰਟੈਂਟ ਵਜ੍ਹਾ ਨਹੀਂ ਹੂੰ ਹੂੰ ਤੇ ਫੇਰ ਮਤਲਬ ਦਿੱਲੀ ਕਰਨ ਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਪਰ ਇਹ ਇਹਨੂੰ ਪਰਸੂ ਤੁਹਾਨੂੰ ਪਤਾ ਇੱਥੇ ਉਹਨੂੰ ਸਰਕਾਰੀ ਕੰਮਾਂ ਚ ਕਰਨਾ ਪੈਂਦਾ ਇਹ ਤਾਂ ਇੱਕ ਵਾਰੀ ਕਹਿ ਗਏ ਪ੍ਰੋਪਰ ਆਪਾਂ ਉਸ ਦਾ ਗੱਲ ਪਹਚਾਤੀ ਆ ਹੂੰ ਹੂੰ ਹੁਣ ਇਹ ਆ ਕਿ ਇਹਨੂੰ ਹੁਣ ਅਗਲੇ ਹਫਤੇ ਫੇਰ ਫਾਲੋਅ ਅਪ ਕਰਾਂਗੇ ਜੀ ਤੇ ਉਹ ਕਰਕੇ ਤੇ ਇਹਦੇ ਪਿੱਛੇ ਲੱਗੇ ਆ ਸੋ ਮੈਨੂੰ ਉਮੀਦ ਹੈਗੀ ਵੀ ਹੋਊਗਾ ਸੋ ਇਹ ਚੰਗੀ ਗੱਲ ਆ ਕਿਉਂਕਿ ਆਪਣੇ ਲੋਕਾਂ ਨੂੰ ਫੇਰ ਬੰਬੇ ਜਾਣਾ ਜਿਹੜਾ ਹੈਗਾ ਬਾਜੂਗਾ ਜੀ 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 ਤੇ ਹੋਰ ਕੋਈ ਖਾਸ ਗੱਲਬਾਤ ਕੋਈ ਪੋਲਟਿਕਸ ਦੀ ਰਹੀ ਹੋਵੇ ਜਿਹੜੀ ਰਦਾਵਾ ਸਾਹਿਬ ਗੱਲ ਇਹ ਆ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਡੈਲਟਾ ਵੇਰੀਐਂਟ ਆ ਇਹ ਬੜਾ ਖਤਰਨਾਕ ਆ ਜੀ ਬਿਲਕੁਲ ਹੁਣ ਇੱਕ ਤਾਂ ਜਿਹੜੀ ਚੰਗੀ ਖਬਰ ਆ ਵੀ ਜਿਹੜੀ ਅਮਰੀਕਨ ਇਕਨੋਮੀ ਆ ਉਹ 6.5% ਤੇ ਗਰੋਅ ਕੀਤੀ ਆ ਬਹੁਤ ਵਧੀਆ ਤੇ ਅਪ੍ਰੈਲ ਤੇ ਜੂਨ ਦੇ ਵਿੱਚ ਤੇ ਫੁੱਲ ਰਿਕਵਰੀ ਹੋ ਗਈ ਆ ਪੰਡੈਮਿਕ ਤੋਂ ਇੱਕ ਤਾਂ ਇਹ ਚੰਗੀ ਖਬਰ ਆ ਕਿ ਜਿਹੜਾ ਆਪਾਂ ਉਹਦੇ ਪੰਡੈਮਿਕ ਦੇ ਦੌਰਾਨ ਲੋਕਾਂ ਦੀਆਂ ਜਿਹੜੀਆਂ ਹੈਗੀਆਂ ਬਿਜ਼ਨਸ ਬੰਦ ਹੋਏ ਸੀ ਜੌਬਾਂ ਗਈਆਂ ਸੀਗੀਆਂ ਉਹ ਹੁਣ ਆਲਮੋਸਟ ਸਭ ਕੁਝ ਓਪਨ ਹੋ ਗਿਆ ਪਰ ਇਹਦੇ ਨਾਲ ਜਿਹੜੀ ਇੱਕ ਚਿੰਤਾ ਵਾਲੀ ਗੱਲ ਹੈ ਉਹ ਇਹ ਆ ਵੀ ਜਿਹੜਾ ਡੈਲਟਾ ਵੇਰੀਐਂਟ ਆ ਇਹਦਾ ਉਹ ਆ ਗਿਆ ਇੱਥੇ ਹੁਣ ਡੈਟਾ ਵੇਰੀਐਂਟ ਨੂੰ ਕਹ ਰਿਹਾ ਵੀ ਚਿਕਨ ਪੋਕਸ ਤੋਂ ਵੀ ਜ਼ਿਆਦਾ ਮਨ ਸੀਡੀਸੀ ਨੇ ਕਿਹਾ ਵੀ ਉਹ ਕੰਟੇਜੀਅਸ ਆ ਵੈਰੀ ਵੈਰੀ ਕੰਟੇਜੀਅਸ ਵੀ ਜੇ ਕਿਸੇ ਬੰਦੇ ਨੇ ਵੈਕਸੀਨੇਸ਼ਨ ਨਹੀਂ ਲਵਾਈ ਜੀ ਉਹਨੂੰ ਜੇ ਕੋਈ ਡੈਲਟਾ ਵੇਰੀਐਂਟ ਵਾਲਾ ਟੱਕਰ ਗਿਆ ਤਾਂ ਉਹ ਨਹੀਂ ਛੱਡਦਾ ਉਹਨੂੰ ਤੇ ਹੁਣ ਜਿਹੜੇ ਥਾਵਾਂ ਤੇ ਵੈਕਸੀਨੇਸ਼ਨ ਨਹੀਂ ਲੱਗ ਰਹੀ ਮਤਲਬ ਸਰਕਾਰ ਤਾਂ ਲਾ ਰਹੀ ਆ ਸਰਕਾਰ ਤਾਂ ਬਲਕੇ ਨਾਮ ਦੇ ਰਹੀ ਆ ਇਹ ਵੀ ਇਹਨਾਂ ਨੇ ਪ੍ਰਪੋਜ਼ਲ ਕੀਤਾ ਗਈ ਥਾਵਾਂ ਤੇ ਵੀ 100 ਡਾਲਰ ਦਿਓ ਜਿਹੜਾ ਬੰਦਾ ਲਾਊਗਾ ਮਤਲਬ ਵੈਕਸੀਨੇਸ਼ਨ ਲਵਾਊਗਾ ਜਿਹੜਾ ਹਮਮ ਪਰ ਕਈ ਜਗ੍ਹਾ ਤੇ ਕਈ ਲੋਕਾਂ ਨੂੰ ਦੇ ਮੰਦੇ ਵਿੱਚ ਕਈ ਕਿਸਮ ਦੇ ਸ਼ੰਕੇ ਨੇ ਜਿਹੜੇ ਕਿ ਉਹ ਕਹ ਰਹੇ ਆ ਵੀ ਫੇਸਬੁੱਕ ਤੋਂ ਉੱਠੇ ਆ ਵੀ ਉਹਨਾਂ ਨੂੰ ਇਹ ਲੱਗ ਰਿਹਾ ਵੀ ਕਈ ਜਿਹੜੇ ਮਤਲਬ ਜ਼ਿਆਦਾ ਕਨਜ਼ਰਵੇਟਿਵ ਨੇ ਵੀ ਇਹ ਤਾਂ ਜੀ ਐਵੇਂ ਝੂਠਾ ਪ੍ਰਚਾਰ ਹੈ ਦਾ ਕੋਈ ਫਾਇਦਾ ਨਹੀਂ ਪਾਣਾ ਨਹੀਂ ਕਈਆਂ ਨੂੰ ਬੜੀ ਨੁਕਸਾਨਦੇ ਆ ਇਹੇ ਹੁਣੋ ਨੁਕਸਾਨ ਹੀ ਹੋ ਰਿਹਾ ਵੀ ਜਿਹੜੇ ਅਨ ਵੈਕਸੀਨੇਟਡ ਬੰਦੇ ਨੇ ਜੀ ਉਹਨਾਂ ਦੇ ਵਿੱਚ ਜਦੋਂ ਡੈਲਟਾ ਵੈਰੀਐਂਟ ਜਾਂਦਾ ਤਾਂ ਉਹ ਕਹਿੰਦੇ ਆ ਵੀ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਨੁਕਸਾਨ ਕਰ ਰਿਹਾ ਜੀ ਕਿਉਂਕਿ ਜ਼ਿਆਦਾ ਖਤਰਨਾਕ ਆ ਸੋ ਇਸ ਕਰਕੇ ਗਵਰਨਮੈਂਟ ਨੇ ਪੂਰਾ ਜ਼ੋਰ ਲਾਇਆ ਹੋਇਆ ਪਿੱਛੇ ਜਿਹੜਾ ਹੈਗਾ ਪ੍ਰੈਜ਼ੀਡੈਂਟ ਨੇ ਵੀ ਬਿਆਨ ਦਿੱਤਾ ਦੋ ਦਿਨ ਪਹਿਲਾਂ ਤਿੰਨ ਦਿਨ ਕਿ ਇਹਦਾ ਤੁਸੀਂ ਵੈਕਸੀਨੇਸ਼ਨ ਕਰਾਓ ਵੀ ਇਹ ਕੋਈ ਮੇਰੀ ਕੋਈ ਡੈਮੋਕ੍ਰੈਟਿਕ ਪਾਰਟੀ ਦੀ ਜਾਂ ਸਰਕਾਰ ਦਾ ਕੰਮ ਨਹੀਂਗਾ ਇਹ ਜਿਹੜਾ ਵੈਕਸੀਨੇਸ਼ਨ ਦਾ ਪ੍ਰੋਸੈਸ ਹੈ ਇਹ ਪਿਛਲੀ ਟਰੰਪ ਸਰਕਾਰ ਨੇ ਸ਼ੁਰੂ ਕੀਤਾ ਸੀ ਜੀ ਜੀ ਉਹਦੇ ਦੌਰਾਨ ਪ੍ਰੂਵ ਹੋਇਆ ਸੀ ਤੇ ਇਹ ਲ ਤੇ ਇਹ ਇਸ ਨੂੰ ਅੱਗੇ ਚਲਦੇ ਹੀ ਹੰਦਾਵਾ ਸਾਹਿਬ ਇਹ ਬਹੁਤ ਸਾਰੀਆਂ ਕਾਉਂਟੀਆਂ ਨੇ ਇਨਡੋਰ ਮਾਸਕ ਦੁਆਰਾ ਸ਼ੁਰੂ ਕਰਤਾ ਜੀ ਜੀ ਕਿਉਂਕਿ ਜਿਹੜੀ ਹੁਣ ਲੇਟੈਸਟ ਸਟੱਡੀ ਆ ਹੂੰ ਉਹ ਥੋੜੀ ਚਿੰਤਾਜਨਕ ਆ ਉਹ ਇਹ ਕਹਿ ਰਹੀ ਆ ਕਿ ਜਿਹੜੇ ਵੈਕਸੀਨੇਟਡ ਬੰਦੇ ਨੇ ਜੀ ਉਹ ਵੀ ਇਹਨੂੰ ਡੈਲਟਾ ਵੇਰੀਐਂਟ ਨੂੰ ਸਪਰੈਡ ਕਰ ਸਕਦੇ ਆ ਓਕੇ ਤੇ ਉਹਨਾਂ ਦੇ ਵਿੱਚ ਵੀ ਸਪਰੈਡ ਹੋਊਗਾ ਸੋ ਉਹ ਹੁਣ ਲੋਕਾਂ ਨੂੰ ਉਹ ਇਹ ਕਹਿ ਰਹੇ ਨੇ ਵੀ ਜਿਨ੍ਹਾਂ ਨੂੰ ਹੁਣ ਆਤ ਪੈ ਗਈ ਆ ਮਤਲਬ ਬਿਨਾ ਮਾਸਕ ਤੋਂ ਜੀ ਜਾਣ ਦੀ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਬਿਨਾ ਮਾਸਕ ਤੋਂ ਜਾਂ ਆਪਾਂ ਮਤਲਬ ਪਾਰਟੀਆਂ ਜਾਂਦੇ ਆ ਜਾਂ ਆਪਾਂ ਇਨਡੋਰ ਕਿਸੇ ਹੋਰ ਪ੍ਰੋਗਰਾਮ 'ਚ ਜਾਂਦੇ ਆ ਆਪਾਂ ਮਾਸਕ ਨਹੀਂ ਪਾਉਂਦੇ ਵੀ ਸਾਰਿਆਂ ਦੇ ਟੀਕੇ ਲੱਗੇ ਆ ਹੂੰ ਹੂੰ ਉਹ ਹੁਣ ਜਿਹੜੀ ਲੇਟੈਸਟ ਸਟੱਡੀ ਆ ਇਹ ਆ ਵੀ ਜਿਨ੍ਹਾਂ 'ਚ ਇੱਕ ਬੰਦੇ ਨੂੰ ਵੀ ਡੈਲਟਾ ਵੇਰੀਐਂਟ ਆ ਓਕੇ ਤਾਂ ਉਹ ਜਿਹਨੂੰ ਵੈਕਸੀਨੇਸ਼ਨ ਹੋਈ ਆ ਉਹ ਚ ਫੈਲ ਸਕਦਾ ਪਰ ਉਹਦਾ ਨਾ ਇਹ ਹੁੰਦਾ ਉਹਦੀ ਹਸਪਿਟਲਾਈਜੇਸ਼ਨ ਨਹੀਂ ਹੋਊਗੀ ਵੈਕਸੀਨੇਸ਼ਨ ਨੂੰ ਰੋਕ ਦਿੰਦੀ ਆ ਜੀ ਜੀ ਵੀ ਉਹਦੀ ਕਹਿ ਲੋ ਵੀ ਜ਼ਿਆਦਾ ਗੰਭੀਰਤਾ ਨਹੀਂ ਹੁੰਦੀ ਪਰ ਜਿਹੜਾ ਵੈਕਸੀਨੇਟਡ ਬੰਦਾ ਇਹਦਾ ਕੈਰੀਅਰ ਬਣ ਸਕਦਾ ਓਕੇ ਸੋ ਇਹ ਕਹਿ ਰਿਹਾ ਵੀ ਇੰਡੋਰ ਸੈਟਿੰਗ ਦੇ ਵਿੱਚ ਜਿਵੇਂ ਪਿਛਲੇ ਸਾਲ ਹੁੰਦਾ ਸੀ ਉਸੇ ਤਰ੍ਹਾਂ ਮਾਸਕ ਪਾ ਕੇ ਰੱਖੋ ਜੀ ਜੀ ਸੋ ਇਹ ਇਹ ਇੱਕ ਇੰਪੋਰਟੈਂਟ ਮੰਡੇਟ ਆ ਸਾਰਿਆਂ ਨੂੰ ਮੇਰੀ ਬੇਨਤੀ ਆ ਨੇ ਪੋਰਾਮ ਦੇਖ ਰਹੇ ਆ ਵੀ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲਵਾਈ ਵੈਸੇ ਆਪਣੀ ਕਮਿਊਨਿਟੀ ਤਾਂ ਬਹੁਤ ਘਟ ਆ ਆਪਣੀ ਜਿਹੜੀ ਕਮਿਊਨਿਟੀ ਆ ਜੀ ਜ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਜਾਂ ਕੋਲੋ ਹੋਰ ਇੰਡੀਅਨ ਕਮਿਊਨਿਟੀ ਆ ਆਪਣੇ ਵਿੱਚ ਤਾਂ ਮੈਨੂੰ ਲੱਗਦਾ ਵੀ 99% ਬੰਦੇ ਨੇ ਲਵਾਈ ਆ ਠੀਕ ਆ ਇਹ ਦੂਜੇ ਲੋਕ ਆ ਪਰ ਜਿਹਨੇ ਵੀ ਨਹੀਂ ਲਵਾਇਆ ਉਹ ਉਹ ਵੈਕਸੀਨ ਲਵਾਓ ਤੇ ਇੱਕ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਹੈਗੀ ਆ ਕਿ ਜਦੋਂ ਤੁਸੀਂ ਅੰਦਰ ਕਿਸੇ ਦੇ ਘਰ ਜਾਂਦੇ ਆ ਜਿੱਥੇ ਜ਼ਿਆਦਾ ਲੋਕਾਂ ਦਾ ਇਕੱਠ ਹੁੰਦਾ ਜਿਵੇਂ ਕੋਈ ਪਾਰਟੀ ਆ ਜਾਂ ਕਿਸੇ ਨੇ ਕੋਈ ਖੰਡ ਪਾਟ ਸੱਭ ਰਖਾਇਆ ਜਾਂ ਆਪਾਂ ਗੁਰਦੁਆਰਾ ਸਾਹਿਬ ਹੀ ਜਾਂਦੇ ਆ ਉੱਥੇ ਮਾਸਕ ਜ਼ਰੂਰ ਪਾਓ ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਆ ਇਹ ਤੋਂ ਬਚਣਾ ਜ਼ਰੂਰੀ ਆ ਦੋਸਤੋ ਇਹ ਦਾ ਸੀਸ ਦਾ ਜਸਪ੍ਰੀਤ ਸਿੰਘ ਅਟਾਰਨੀ ਹੋਰਾਂ ਨੇ ਬਹੁਤ ਸਾਰੇ ਤੁਹਾਨੂੰ ਇਹੋ ਜਿਹੀਆਂ ਗੱਲਾਂ ਦੱਸੀਆਂ ਜਿਹੜੀਆਂ ਤੁਹਾਡੇ ਰੋਜ਼ਮਰੋੜ ਦੀਆਂ ਜ਼ਿੰਦਗੀ ਵਿੱਚ ਬੜੀਆਂ ਹੀ ਜ਼ਰੂਰੀ ਸੀ ਇਸ ਦੇ ਨਾਲ ਨਾਲ ਉਹਨਾਂ ਨੇ ਤੁਹਾਨੂੰ ਇਮੀਗ੍ਰੇਸ਼ਨ ਸੰਬੰਧੀ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਜਿਹੜੀਆਂ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਚਾਹੇ ਉਹ H1 ਵੀਜ਼ਾ ਸੀ ਚਾਹੇ ਕੁਝ ਨਵੇਂ ਕੰਟਰੀਜ਼ ਦੇ ਥਰੂ ਜਿਹੜੇ ਇਧਰ ਬਾਰਡਰ ਟੱਪ ਕੇ ਆ ਰਹੇ ਸੀ ਉਹਨਾਂ ਦੇ ਡਿਪੋਟੇਸ਼ਨ ਬਾਰੇ ਜਾਣਕਾਰੀ ਸੀ ਹੋਰ ਵੀ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਉਹ ਸਾਂਝੀਆਂ ਕੀਤੀਆਂ ਗਈਆਂ ਦੂਸਰੇ ਭਾਗ ਵਿੱਚ ਅਸੀਂ ਤੁਹਾਡੇ ਇਮੀਗ੍ਰੇਸ਼ਨ ਸੰਬੰਧੀ ਸਵਾਲਾਂ ਦੇ ਜਵਾਬ ਦਵਾਂਗੇ ਇਮੀਗ੍ਰੇਸ਼ਨ ਸੰਬੰਧੀ ਸਵਾਲ ਜਿਹੜੇ ਤੁਹਾਡੇ ਕੋਲ ਵੀ ਹੈਗੇ ਆ ਉਹ ਅਸੀਂ ਸਿਰਫ YouTube ਜਿਹੜਾ ਸਾਡਾ ਚੈਨਲ ਆ ਉਹਦੇ ਤੋਂ ਹੀ ਅਸੀਂ ਤੁਹਾਡੇ ਸਵਾਲ ਲੈਨੇ ਆ ਤੇ ਉਸ ਦਾ ਜਵਾਬ ਜਿਹੜਾ ਉਹ ਨੈਕਸਟ ਵੀਕ ਦੇਣ ਦੀ ਕੋਸ਼ਿਸ਼ ਕਰਦੇ ਆ ਸਾਡਾ ਟੀਵੀ ਦੇ ਨਾਲ ਨਾਲ YouTube ਚੈਨਲ ਵੀ ਆ YouTube ਚੈਨਲ ਦਾ ਨਾਮ ਵੀ ਇਹੋ ਆ ਜੋ ਟੀਵੀ ਦਾ ਪੰਜਾਬ ਮੇਲ ਯੂ ਐਸ ਏ ਤੁਸੀਂ ਉਸ ਚੈਨਲ ਨੂੰ ਯਾਨਕੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਉੱਥੇ ਸਵਾਲ ਲਿਖੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਗਲੇ ਐਪੀਸੋਡ ਵਿੱਚ ਤੁਹਾਡੇ ਸਵਾਲ ਦਾ ਜਵਾਬ ਦੇ ਸਕੀਏ ਮਿਲਦੇ ਹਾਂ ਥੋੜੀ ਜੀ ਬ੍ਰੇਕ ਲੈ ਲਈਏ ਤੇ ਫਿਰ ਤੁਹਾਡੇ ਅਸੀਂ ਇਮੀਗ੍ਰੇਸ਼ਨ ਦੇ ਸਵਾਲਾਂ ਦੇ ਜਵਾਬ ਦੇਵਾਂਗੇ ਮਿਲਦੇ ਹਾਂ ਛੋਟੀ ਜੀ ਬ੍ਰੇਕ ਤੋਂ ਬਾਅਦ ਤੁਸੀਂ ਬਣੇ ਰਹੋ ਪੰਜਾਬ ਮੇ ਯੂਐਸਏ ਟੀਵੀ ਨਾਲ Jaspreet Singh attorney at law New York and California immigration deportation defense appeals family law ate bankarpsi lai sampark karo more than 17 years of legal experience Jaspreet Singh attorney at law break to baad ik wari phir haziran US immigration and politics da ae episode lage dosto is episode vich yani ke is bhag vich assi toade immigration sambandhi jede sawal hunde a ਉਹਨਾਂ ਦਾ ਜਵਾਬ ਦਿੰਨੇ ਆ ਉਹ ਸਵਾਲ ਜਿਹੜੇ ਕਿ ਤੁਸੀਂ ਸਾਨੂੰ YouTube ਚੈਨਲ ਤੋਂ ਪੁੱਛੇ ਹੁੰਦੇ ਆ ਤੇ ਸਾਡਾ ਜਸਪੀਰ ਸਿੰਘ ਜੀ ਸਾਡਾ ਅੱਜ ਦਾ ਪਹਿਲਾ ਸਵਾਲ ਆ ਕਿ ਮੈਂ USA ਚ ਗ੍ਰੀਨ ਕਾਰਡ 홀ਡਰ ਆਂ ਇੰਡੀਆ ਦੋ ਸਾਲਾਂ ਲਈ ਜਾਣਾ ਚਾਹੁੰਨਾ ਕੀ ਪ੍ਰੋਸੀਜਰ ਹੈ ਅ ਦੇਖੋ ਇਸ ਤਰ੍ਹਾਂ ਹੈ ਰੰਧਾਵਾ ਸਾਹਿਬ ਵੀ ਜਿਹੜਾ ਗ੍ਰੀਨ ਕਾਰਡ 홀ਡਰ ਆ ਉਹ ਇੱਥੋਂ ਰੀ-ਐਂਟਰੀ ਪਰਮਿਟ ਲੈ ਕੇ ਪਰਮਿਸ਼ਨ ਲਈ ਨੂੰ ਆਪਾਂ ਕਹਿੰਦੇ ਆ ਜੀ ਉਹ ਇੰਡੀਆ ਜਾ ਸਕਦਾ ਜੀ ਜੀ ਤੇ ਉਹ ਜਿਹੜੀ ਪਰਮਿਸ਼ਨ ਦੀ ਅਪਲਾਈ ਇੱਥੋਂ ਕਰਨਾ ਪੈਂਦਾ ਫਿਰ ਇੱਥੇ ਫਿੰਗਰਪ੍ਰਿੰਟ ਆਉਂਦੇ ਆ ਫਿੰਗਰਪ੍ਰਿੰਟ ਕਰਾ ਕੇ ਜਾਣਾ ਪੈਂਦਾ ਜੀ ਜੀ ਤੇ ਉਹ ਫਿੰਗਰਪ੍ਰਿੰਟ ਆਉਣ ਨੂੰ ਕਿੰਨੇ ਵਾਰੀ ਮਹੀਨਾ ਡੇਢ ਮਹੀਨਾ ਲੱਗਦਾ ਨਹੀਂ ਹੁਣ ਤੇ ਸਾਲ ਲੱਗ ਰਿਹਾ ਜੀ ਨਹੀਂ ਉਹਦਾ ਆਉਣ ਨੂੰ ਸਾਲ ਲੱਗ ਰਿਹਾ ਹਾਂ ਪਰ ਫਿੰਗਰਪ੍ਰਿੰਟ ਛੇਤੀ ਆ ਜਾਂਦੇ ਆ ਯਾ ਰਾਈਟ ਫਿੰਗਰਪ੍ਰਿੰਟ ਤਾਂ ਡੇਢ ਮਹੀਨੇ ਚ ਆ ਜਾਂਦੇ ਪਰ ਜਿਹੜਾ ਰੀ-ਐਂਟਰੀ ਪਰਮਿਟ ਆਉਣ ਨੂੰ ਟਾਈਮ ਲੱਗਦਾ ਪਰ ਇਹ ਆ ਵੀ ਫਿੰਗਰਪ੍ਰਿੰਟ ਕਰਾ ਕੇ ਤੁਸੀਂ ਜਾ ਸਕਦੇ ਹੋ ਤੇ ਉਹ ਤੁਸੀਂ ਕਰਾ ਕੇ ਜੇ ਉਹ ਤੋਂ ਪਹਿਲਾਂ ਚਲੇ ਜਾਨੇ ਹੋ ਤਾਂ ਫਿਰ ਉਹ ਨਹੀਂ ਮਿਲੂਗਾ ਕਿਉਂਕਿ ਫਿੰਗਰਪ੍ਰਿੰਟ ਉਹਦੀ ਜ਼ਰੂਰੀ ਆ ਓਕੇ ਤੇ ਉਹ ਕਰਾ ਕੇ ਯੂ ਕੈਨ ਗੋ ਤੇ ਫਿਰ ਜਦੋਂ ਪਰਮਿਟ ਆ ਗਿਆ ਉਹ ਤੁਹਾਡੇ ਐਡਰੈਸ ਤੇ ਆਉਣਾ ਓਕੇ ਤੇ ਉਹ ਫਿਰ ਤੁਹਾਡੇ ਘਰ ਦੇ ਜਿਹੜੇ ਨੇ ਜਾਂ ਇੱਥੇ ਪਿੱਛੇ ਉਹ ਤੁਹਾਨੂੰ ਮੇਲ ਕਰ ਸਕਦੇ ਆ ਓਕੇ ਅ ਅਗਲਾ ਸਵਾਲ ਸਾਡੇ ਦਰਸ਼ਕ ਪੁੱਛ ਰਿਹਾ ਜੀ ਕਿ ਉਹਨਾਂ ਨੇ ਕੇਸ ਅਪਲਾਈ ਕੀਤਾ ਹੋਇਆ ਪਰ ਉਹ ਕਹਿੰਦੇ ਆ ਕਿ ਸਾਡੇ ਕੋਲ ਮੈਰਿਜ ਸਰਟੀਫਿਕੇਟ ਨਹੀਂ ਹੈ ਅ ਸੈਕੰਡ ਐਵੀਡੈਂਸ ਕੀ ਦਿੱਤਾ ਜਾ ਸਕਦਾ ਕੀ ਹੁਣ ਅਸੀਂ ਮੈਰਿਜ ਜਿਹੜੀ ਆ ਉਹ ਰਜਿਸਟਰਡ ਕਰਵਾ ਸਕਦੇ ਆ ਦੇਖੋ ਰਧਾਵਾ ਸਾਹਿਬ ਇਹ ਮੇਰੇ ਖਿਆਲ ਆ ਵਿਆਹ ਦੇ ਕੇ ਇਸੀ ਗੱਲ ਕਰ ਰਹੇ ਆ ਜੀ ਜੀ ਵਿਆਹ ਦਾ ਕੇਸ ਮੈਰਿਜ ਸਰਟੀਫਿਕੇਟ ਤੋਂ ਬਿਨਾ ਅਪਲਾਈ ਨਹੀਂ ਹੋ ਸਕਦਾ ਅਪਲਾਈ ਜੇ ਹੋਇਆ ਤਾਂ ਉਹ ਇਹਨਾਂ ਕੋਲ ਐਵੀਡੈਂਸ ਮੰਗਣਗੇ ਜਿ ਇਹਨਾਂ ਕੋਲ ਮੈਰਿਜ ਸਰਟੀਫਿਕੇਟ ਹੀ ਹੈ ਨਹੀਂ ਜੀ ਤਾਂ ਉਹ ਫਿਰ ਇਹ ਕਨਕਲੂਡ ਕਰਨਗੇ ਵੀ ਵਿਆਹ ਹੋਇਆ ਹੀ ਨਹੀਂ ਜੀ ਸੋ ਇਹਨਾਂ ਨੂੰ ਇਹ ਚਾਹੀਦਾ ਵੀ ਮੈਰਿਜ ਜਿਹੜੀ ਰਜਿਸਟਰ ਕਰਾਉਣ ਰਜਿਸਟਰ ਕਰਾਉਣ ਇਹਨਾਂ ਨੂੰ ਜਾਣਾ ਪੈਣਾ ਉੱਥੇ ਜੀ ਜੇ ਆਪਣੀ ਇਹ ਕੰਟਰੀ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਦੇ ਕਿਸੇ ਹੋਰ ਕੰਟਰੀ ਜਾ ਕੇ ਰਜਿਸਟਰ ਕਰਾ ਲੈਣ ਜਿਵੇਂ ਕਈ ਵਾਰੀ ਕਈ ਬੰਦੇ ਇੰਡੀਆ ਨਹੀਂ ਜਾ ਸਕਦੇ ਹੁੰਦੇ ਤੇ ਉਹ ਜਿਵੇਂ ਹੁਣ ਹੋਰ ਮੁਲਕ ਨੇ ਜਿੱਥੇ ਐਂਟਰੀ ਹੈ ਇੰਡੀਆ ਦੀ ਜਿਵੇਂ ਨੇਪਾਲ ਹੋ ਗਿਆ ਸਿੰਗਾਪੁਰ ਹੋ ਗਿਆ ਠੀਕ ਆ ਤੇ థਾਈਲੈਂਡ ਹੋ ਗਿਆ ਜਾਂ ਹਾਂਗਕਾਂਗ ਜਾਂ ਜਿੱਥੋਂ ਵੀ ਇਹ ਵੀ ਆ ਸਕਦੇ ਆ ਤੇ ਜਿਹੜਾ ਇਹਨਾਂ ਦਾ ਹਸਬੰਡ ਵਾਈਫ ਆ ਉਹ ਵੀ ਆ ਸਕਦਾ ਜੀ ਤੇ ਉੱਥੇ ਰਜਿਸਟਰ ਵੀ ਹੋ ਜਾਂਦਾ ਪਿਆ ਉੱਥੇ ਗੁਰਦੁਆਰਾ ਸਾਹਿਬ ਹਰ ਜਗ੍ਹਾ ਹੈਗੇ ਆ ਉੱਥੇ ਕਰਾ ਕੇ ਪਰ ਮੈਰਿਜ ਰਜਿਸਟਰ ਹੋਣੀ ਚਾਹੀਦੀ ਆ ਜੇ ਉਹ ਰਜਿਸਟਰ ਨਹੀਂ ਕਰਾਉਣਗੇ ਤਾਂ ਇਹ ਇਮੀਗ੍ਰੇਸ਼ਨ ਇਸ ਕੇਸ ਨੂੰ ਡਰਾਇ ਕਰ ਸਕਦੇ ਆ ਜੀ ਜੀ ਅਗਲਾ ਸਵਾਲ ਸਾਡੇ ਦਰਸ਼ਕ ਲਿਖ ਰਿਹਾ ਜੀ ਕਿ ਸੈਲਮ ਵਾਲੇ ਯੂ ਐਸ ਜੇ ਵਿਆਹ ਕਰਵਾ ਲੈਂਦੇ ਆ ਤੱਕੀ ਉਹਨਾਂ ਨੂੰ ਕੰਟਰੀ ਆਊਟ ਕਰਨਾ ਪੈਂਦਾ ਦੇਖੋ ਇਸ ਤਰ੍ਹਾਂ ਆ ਕਿ ਜਿਹੜਾ ਵਿਆਹ ਦਾ ਰੂਲ ਹੈਗਾ ਉਹਦਾ ਸੈਲਮਨਾ ਨਹੀਂ ਕੋ ਲੈਣਾ ਦੇਣਾ ਜੀ ਉਹਦਾ ਲੈਣਾ ਦੇਣਾ ਐਂਟਰੀ ਨਾਲ ਆ ਸੋ ਜੇ ਕੋਈ ਬੰਦਾ ਇੱਥੇ ਫਰਜ਼ ਕਰੋ ਵਿਜ਼ਟਰ ਵੀਜ਼ਾ ਲੈ ਕੇ ਐਂਟਰ ਹੁੰਦਾ B1 B2 ਤੇ ਜਾਂ ਕੋਈ H1 ਤੇ ਐਂਟਰ ਹੁੰਦਾ ਜਾਂ ਕੋਈ ਜਿਹੜਾ ਪ੍ਰੀਸ ਦਾਰ 1 ਵੀਜ਼ਾ ਹੁੰਦਾ ਜਾਂ L1 ਇਹੋ ਜਿਹੇ ਵੀਜ਼ਿਆਂ ਤੇ ਐਂਟਰ ਹੁੰਦਾ ਹਮਮ ਤੇ ਜਾਂ ਸਟੂਡੈਂਟ F1 ਤੇ ਹੁੰਦਾ ਉਹ ਜੇ ਇੱਥੇ ਸਿਟੀਜ਼ਨ ਨਾਲ ਵਿਆਹ ਕਰਾਉਂਦਾ ਤਾਂ ਇੱਥੇ ਪੱਕਾ ਹੋ ਸਕਦਾ ਜੀ 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 ਇੱਥੇ ਨੂੰ ਗ੍ਰੀਨ ਕਾਰਡ ਮਿਲ ਜਾਊਗਾ ਪਰ ਜੇ ਕੋਈ ਬੰਦੇ ਦੀ ਐਂਟਰੀ ਸੀ1 ਡੀ ਵੀਜ਼ੇ ਤੇ ਆ ਜਿਹੜਾ ਸੀ ਮੈਨ ਜਿਹੜਾ ਵੀਜ਼ਾ ਹੁੰਦਾ ਜਿਹੜੇ ਆ ਸ਼ਿਪਾਂ ਤੇ ਆਉਂਦੇ ਆ ਕੰਮ ਕਰਨ ਲਈ ਕਰੂ ਮੈਂਬਰ ਹੂੰ ਹੂੰ ਜਾਂ ਕੋਈ ਬੰਦਾ ਬਾਰਡਰ ਕ੍ਰੋਸ ਕਰਕੇ ਆਉਂਦਾ ਜਿਵੇਂ ਕਈ ਸਤਨ ਬਾਰਡਰ ਤੋਂ ਆਉਂਦੇ ਆ ਉਹਨਾਂ ਨੂੰ ਇੱਥੇ ਫਿਰ ਬੌਂਡ ਪੈ ਜਾਂਦਾ ਜਾਂ ਉਦਾਂ ਹੀ ਬਾਰਡਰ ਲੰਘ ਕੇ ਆ ਗਿਆ ਫੜਿਆ ਨਹੀਂ ਗਿਆ ਉਹ ਜਿਹੜੇ ਇਦਾਂ ਦੇ ਬੰਦੇ ਆ ਉਹ ਇੱਥੇ ਵਿਆਹ ਤਾਂ ਕਰਾ ਸਕਦੇ ਆ ਪਰ ਉਹਦੀ ਇੰਟਰਵਿਊ ਇੰਡੀਆ 'ਚ ਹੁੰਦੀ ਆ ਆਪਣੀ ਕੰਟਰੀ 'ਚ ਹੁੰਦੀ ਜਿੱਥੋਂ ਦੇ ਆਉ। ਜਿਹੜੀ ਕੰਟਰੀ ਦੇ ਵੀ ਹੋਣਗੇ ਇੰਡੀਆ ਵਾਲੇ ਜਾਂ ਇੰਡੀਆ ਜੋ ਪਾਕਿਸਤਾਨ ਵਾਲੇ ਪਾਕਿਸਤਾਨ ਜੋ ਹੋਊਗੀ। ਤੇ ਉਹ ਬਾਰ ਨੂੰ ਰਿਮੂਵ ਕਰਨ ਵਾਸਤੇ 601 ਵੇਵਰ ਕਰਨਾ ਪੈਂਦਾ ਜਾ ਕੇ ਜੀ ਜੇ ਉਹ ਇੱਥੇ ਹੀ ਪ੍ਰੈਜ਼ੈਂਟ ਨੇ ਤਾਂ ਇਹਨਾਂ ਨੇ ਹੁਣ ਪਿੱਛੇ ਅਟਾਰਨੀ ਜਨਰਲ ਨੇ ਜਿਹੜਾ ਹੈਗਾ ਆਰਡਰ ਕੀਤੇ ਆ ਇਮੀਗ੍ਰੇਸ਼ਨ ਜੱਜਾਂ ਨੂੰ ਪਾਵਰ ਦਿੱਤੀ ਵੀ ਤੁਸੀਂ ਇੱਥੇ ਜਿਹੜੀਆਂ ਪ੍ਰोसीਡਿੰਗਸ ਹੈਗੀਆਂ ਇਹੋ ਜਿਹੇ ਬੰਦਿਆਂ ਦੀਆਂ ਉਹ ਜੇ ਜੈਨੂਨ ਕੇਸ ਹੈਗਾ ਤਾਂ ਆਪਾਂ ਦੱਸਿਆ ਸੀ ਪ੍ਰੋਗਰਾਮ 'ਚ ਉਹ ਟਰਮੀਨੇਟ ਕਰ ਸਕਦੇ ਆ ਜੀ ਉਹਨੂੰ ਕਹਿੰਦੇ 601 ਏ ਉਹ 601 ਏ ਵੇਵਰ ਇੱਥੇ ਕਰ ਸਕਦੇ ਨੇ ਤੇ ਇੱਥੋਂ ਫਿਰ ਜਾਣ ਦੀ ਪਰਮਿਸ਼ਨ ਮਿਲ ਜਾਂਦੀ ਆ ਤਾਂ ਉੱਥੋਂ ਫਿਰ ਜਲਦੀ ਬੰਦਾ ਆ ਜਾਂਦਾ ਜੀ ਜੀ ਇਹ ਆ ਅਗਲਾ ਸਵਾਲ ਸਾਡੇ ਦਰਸ਼ਕ ਪੁੱਛਦੇ ਆ ਜੀ ਕਿ ਉਹ ਯੂਕੇ ਦੇ ਸਿਟੀਜ਼ਨ ਕੇਸ ਅਪਰੂਵ ਹੋਣ ਤੋਂ ਬਾਅਦ ਸਾਨੂੰ ਇੰਡੀਅਨ ਪੁਲਿਸ ਕਲੀਅਰੈਂਸ ਦੇਣੀ ਪੈਗੀ ਜਾਂ ਯੂਕੇ ਦੀ ਦੇਖੋ ਡਿਪੈਂਡ ਕਰਦਾ ਵੀ ਇੰਡੀਆ ਕਿੰਨੀ ਦੇ ਰਹਿ ਜਦ ਰਹੀ ਨਹੀਂ ਇੰਡੀਆ ਕਦੇ ਫਿਰ ਤਾਂ ਇੰਡੀਆ ਦੀ ਲੋੜ ਨਹੀਂ ਫਿਰ ਤਾਂ ਯੂਕੇ ਦੇਣੀ ਪੈਗੀ ਪਰ ਜੇ ਇਹ ਇੰਡੀਆ ਰਹੇ ਆ ਪਹਿਲਾਂ ਤੇ ਹੁਣੇ ਹੀ ਆ ਕੇ ਪੰਜ ਚਾਰ ਸਾਲ ਪਹਿਲਾਂ ਯੂਕੇ ਸਿਟੀਜ਼ਨ ਬਣੇ ਆ ਫਿਰ ਇਹਨਾਂ ਨੂੰ ਦੋਨਾਂ ਕੰਟਰੀਆਂ ਦੇਣੀ ਪੈਣੀ ਓਕੇ ਅ ਅਗਲਾ ਸਵਾਲ ਹੈ ਜੀ ਕੀ ਕੀ ਗ੍ਰੀਨ ਕਾਰਡ ਹੋਲਡਰ ਦੀਆਂ ਇੰਟਰਵਿਊ ਸਟਾਰਟ ਹੋ ਗਈਆਂ ਹਾਂਜੀ ਇਹ ਮੇਰਾ ਖਰਾ ਵਿਆਪ ਦੇ ਕੇਸ ਬਾਰੇ ਪੁੱਛ ਰਿਹਾ ਵੀ ਤੋਂ ਗ੍ਰੀਨ ਕਾਰਡ ਹੋਲਡਰ ਆਪਣੇ ਹਸਬੰਡ ਵਾਈਫ ਦਾ ਅਪਲਾਈ ਕਰਦਾ ਜੀ ਜੀ ਉਹ ਇੰਟਰਵਿਊ ਸ਼ੁਰੂ ਹੋ ਗਈਆਂ ਨੇ ਪਰ ਜਿਹੜੀਆਂ ਇੰਟਰਵਿਊ ਐਮਬੈਸੀ ਕਰ ਰਹੀ ਆ ਉਹ ਜਿਹੜੀ ਫਰਸਟ ਪ੍ਰੈਫਰੈਂਸ ਅਜੇ ਵੀ ਯੂ ਐਸ ਸਿਟੀਜ਼ਨ ਨੂੰ ਆ ਜਿਹੜੇ ਸਿਟੀਜ਼ਨ ਦੇ ਮੈਰਿਜ ਕੇਸਿਸ ਨੇ ਪਰ ਗ੍ਰੀਨ ਕਾਰਡ ਹੋਲਡਰ ਦਾ ਵੀ ਹੁਣ ਕਰੰਟ ਆ ਕੋਈ ਪ੍ਰਾਇਓਰਟੀ ਨਹੀਂ ਹੈਗੀ ਤੇ ਉਹਨਾਂ ਦੀ ਇੰਟਰਵਿਊ ਵੀ ਹੋ ਰਹੀ ਆ ਜੀ ਜੀ ਅ ਅਗਲਾ ਸਵਾਲ ਜੀ ਜਦੋਂ ਮੇਰੇ ਮਦਰ ਨੇ 2016 ਚ ਮੇਰਾ ਕੇਸ ਅਪਲਾਈ ਕੀਤਾ ਸੀ ਉਦੋਂ ਉਹ ਗ੍ਰੀਨ ਕਾਰਡ ਸਨ ਹੁਣ ਉਹ ਸਿਟੀਜ਼ਨ ਹੋ ਗਏ ਆ ਕੀ ਇਹਦੇ ਨਾਲ ਕੋਈ ਸਾਡੀ ਸਪੀਡ ਤੇਜ਼ ਹੋ ਜਾਏਗੀ ਦੇਖੋ ਇਸ ਤਰ੍ਹਾਂ ਆ ਕਿ ਇਹਦੇ ਬਾਰੇ ਮੈਂ ਦੱਸਦਾ ਵੀ ਜੇ ਇਹਨਾਂ ਦੇ ਮਦਰ ਜਿਹੜੇ ਆ ਉਹ ਗ੍ਰੀਨ ਕਾਰਡ ਹੋਲਡਰ ਸੀਗੇ ਤੇ ਉਹਨਾਂ ਨੇ ਇਹਨਾਂ ਦਾ ਅਪਲਾਈ ਕੀਤਾ ਓਵਰ 21 ਤੇ ਅਨਮੈਰਿਡ ਦੀ ਜਿਹੜਾ ਗ੍ਰੀਨ ਕਾਰਡ ਹੋਲਡਰ ਅਨਮੈਰਿਡ ਦਾ ਕਰ ਸਕਦਾ ਮੈਰਿਡ ਦਾ ਨਹੀਂ ਕਰ ਸਕਦਾ ਓਕੇ ਤਾਂ ਉਹ ਜਿਹੜੀ ਕੈਟਾਗਰੀ ਹੈਗੀ ਆ ਉਹ ਹੈਗੀ ਆ F2B ਓਕੇ ਉਹ ਕੈਟਾਗਰੀ ਦੇ ਵਿੱਚ ਹੁਣ ਚੱਲ ਰਿਹਾ ਇੰਡੀਆ ਦਾ 15 ਸਤੰਬਰ 2015 ਹੂੰ ਹੂੰ ਤੇ ਜੇ ਉਹ فرض ਕਰੋ ਮਤਲਬ ਸਿਟੀਜ਼ਨ ਬਣ ਜਾਂਦੇ ਨੇ ਤਾਂ ਉਹ 1 ਸਾਲ ਪਿੱਛੇ ਹੋਊਗਾ ਉੱਥੇ ਚੱਲ ਰਿਹਾ ਨਵੰਬਰ 2014 ਓਕੇ ਸੋ ਸਿਟੀਜ਼ਨ ਬਣ ਕੇ 1 ਸਾਲ ਹੋਰ ਜ਼ਿਆਦਾ ਲੱਗੂਗਾ ਗ੍ਰੀਨ ਕਾਰਡ ਨੂੰ ਗ੍ਰੀਨ ਕਾਰਡ ਦੀ ਜਿਆਦਾ ਤੇਜ਼ ਹੈ ਕੈਟਾਗਰੀ ਉਹ ਓਕੇ 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 ਇਹਦੇ ਫਿਰ ਉਹਨਾਂ ਨੂੰ ਜਿੱਦਾਂ ਚੱਲ ਰਿਹਾ ਉਸ ਤਰ੍ਹਾਂ ਚੱਲ ਰਹਿਣਾ ਚਾਹੀਦਾ ਅ ਅਗਲਾ ਸਵਾਲ ਹੈ ਜੀ F4 ਕੈਟਾਗਰੀ ਅਪਲਾਈ ਕਰਨ ਲਈ ਕਿਹੜੇ-ਕਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਹੈ ਜਵਾਹਰ ਸਾਹਿਬ F4 ਕੈਟਾਗਰੀ ਹੈਗੀ ਆ ਉਹ ਜਿਹਦੇ ਵਿੱਚ ਕਿ ਯੂਐਸ ਸਿਟੀਜ਼ਨ ਦਾ ਭਰਾ ਭੈਣ ਲਈ ਅਪਲਾਈ ਕਰਦਾ ਸਿਟੀਜ਼ਨ ਜਿਸ ਕਿ ਜਨ ਆਪਣੇ ਭਰਾ ਭੈਣ ਵਾਸਤੇ ਜੀ ਜੀ ਉਹਦੇ ਚ ਬੇਸਿਕਲੀ ਇੱਕ ਤਾਂ ਜਿਹੜਾ ਅਪਲਾਈ ਕਰਨ ਵਾਲਾ ਉਹਨੂੰ ਆਪਣੇ ਪ੍ਰੂਫ ਚਾਹੀਦਾ ਵੀ ਉਹ ਸਿਟੀਜ਼ਨ ਆ ਉਹਦਾ ਜਿਹੜਾ ਹੁੰਦਾ ਸਰਟੀਫਿਕੇਟ ਆਫ ਨੈਚਰਲਾਈਜੇਸ਼ਨ ਦੀ ਕਾਪੀ ਪਾਸਪੋਰਟ ਦੀ ਦੂਜਾ ਜਿਹੜੇ ਭਰਾ ਭੈਣਾਂ ਦਾ ਅਪਲਾਈ ਕਰਨ ਲੱਗਿਆ ਉਹਨਾਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ ਮੈਰਿਡ ਸਰਟੀਫਿਕੇਟ ਚਾਹੀਦੇ ਆ ਉਹਨਾਂ ਦੇ ਬੱਚਿਆਂ ਦੇ ਬਰਥ ਸਰਟੀਫਿਕੇਟ ਚਾਹੀਦੇ ਆ ਇਹ ਡਾਕੂਮੈਂਟ ਪਹਿਲਾਂ ਇਨੀਸ਼ially ਚਾਹੀਦੇ ਹੁੰਦੇ ਆ ਓਕੇ ਤੇ ਇਹ ਇਹ ਲਾ ਕੇ ਅਪਲਾਈ ਹੁੰਦਾ ਫਿਰ ਅਪਲਾਈ ਲੋਕ ਕੇ ਪਹਿਲਾਂ ਜਿਹੜਾ ਹੁੰਦਾ ਜੇ ਆਪਾਂ ਕਰਦੇ ਆ I-130 ਪੀਟੀਸ਼ਨ ਉਹਦੇ ਜਿਹੜੇ ਲੈਟਰ ਆ ਜਾਂਦੇ ਆ ਉਸ ਤੋਂ ਬਾਅਦ ਵੀ ਅਪਰੂਵਲ ਤੇ ਉਹ ਫਿਰ ਜਿਹੜੀ ਇਹਦੀ ਵੇਟ ਆ ਇਸ ਟਾਈਮ 15 ਸਾਲ ਦੀ ਵੇਟ ਆ ਉਥੇ ਹੁਣ ਜਿਹੜਾ ਹੁਣ ਚੱਲ ਰਿਹਾ 2005 ਚੱਲ ਰਿਹਾ ਓਕੇ ਹੁਣ ਤੁਸੀਂ ਦੇਖੋ ਵੀ 15 ਸਾਲ ਦੀ ਵੇਟ ਆ ਪਰ ਫਿਰ ਵੀ ਕਰਨਾ ਚਾਹੀਦਾ ਮੈਂ ਹਮੇਸ਼ਾ ਰਕਮੈਂਡ ਕਰਦਾ ਵੀ ਕਰੋ ਇਸ ਗੱਲ ਕਰਕੇ ਨਾ ਰੁਕੋ ਵੀ ਇੰਨੇ ਸਾਲ ਲੱਗਣੇ ਆ ਤੇ ਇਹ ਅਪਲਾਈ ਜਿਹੜਾ ਕਰਨਾ ਚਾਹੀਦਾ ਤੇ ਕੋਈ ਪਤਾ ਨਹੀਂ ਹੁੰਦਾ ਫਿਊਚਰ ਦੇ ਵਿੱਚ ਕੀ ਰੀਲੀਫ ਜਿਵੇਂ ਇਹਨਾਂ ਨੇ ਹੁਣ ਇੱਕ ਜਿੰਦ ਰੱਖਿਆ ਹੋਇਆ ਪਾਸ ਤਾਂ ਨਹੀਂ ਅਜੇ ਹੋਇਆ ਪਰ ਪਤਾ ਨਹੀਂ ਹੁੰਦਾ ਵੀ ਕੱਲ ਨੂੰ ਇਹ ਹੋ ਜਵੇ ਵੀ ਜਿਹੜੇ ਬੰਦਿਆਂ ਨੂੰ 10 ਸਾਲ ਤੋਂ ਉੱਪਰ ਹੋ ਗਏ ਤੇ ਆਉਣ ਦੀ ਆਜ਼ਾਦਤ ਦੇਣੀ ਆ ਓਕੇ ਉਹ ਅਜੇ ਤਾਂ ਨਹੀਂ ਪਾਸ ਹੋਇਆ ਵਿੱਚ ਹੀ ਆ ਪਰ ਪਤਾ ਨਹੀਂ ਹੁੰਦਾ ਜੇ ਅਪਲਾਈ ਕੀਤਾ ਹੋਊਗਾ ਤਾਂ ਉਹਦਾ ਫਾਇਦਾ ਹੋ ਸਕਦਾ ਇਦਾਂ ਦੀ ਕੋਈ ਚੀਜ਼ ਦਾ ਸੋ ਅਪਲਾਈ ਕਰ ਦੇਣਾ ਚਾਹੀਦਾ ਜਿਹਦੀ ਕੁੜੀ ਬਣਦੀ ਆ ਅ ਅਗਲਾ ਸਵਾਲ ਸਾਡੇ ਦਰਸ਼ਕ ਲਿਖਦੇ ਆ ਜੀ ਕਿ ਮੈਂ ਸੈਲਮ ਅਪਲਾਈ ਕੀਤਾ ਮੇਰੇ ਕੋਲ ਵਰਕ ਪਰਮਿਟ ਵੀ ਆ ਮੇਰੇ ਸਟੋਰ ਤੇ ਰੋਬਰੀ ਹੋ ਗਈ ਤੇ ਕੀ ਉਸ ਦੀ ਪੁਲਿਸ ਰਿਪੋਰਟ ਉਹ ਕਹਿੰਦਾ ਵੀ ਉਸ ਦੀ ਪੁਲਿਸ ਰਿਪੋਰਟ ਵੀ ਹੋ ਗਈ ਆ ਕੀ ਮੈਂ ਆਪਣੀ ਕੈਟਾਗਰੀ ਚੇਂਜ ਕਰ ਸਕਦਾ ਨੇ ਸੈਲਮ ਦਾ ਕੇਸ ਚੱਲਦਾ ਰਹੂਗਾ ਇਦਾਂ ਹੀ ਪੂਰੀ ਚੇਂਜ ਹੋਣਾ ਪਰ ਉਹਦੇ ਨਾਲ ਨਾਲ ਇੱਕ ਵੱਖਰਾ ਕੇਸ ਪੈਰਲਲ ਜਿਹੜਾ ਯੂ ਵੀਜ਼ਾ ਦਾ ਲਾ ਸਕਦੇ ਆ ਜੀ ਜੇ ਉਹਦੀਆਂ ਸ਼ਰਤਾਂ ਚ ਪੂਰੀਆਂ ਹੁੰਦੀਆਂ ਕੱਲੀ ਰੋਬਰੀ ਇਨਾਫ ਨਹੀਂ ਹੈਗੀ ਯੂ ਵੀਜ਼ੇ ਲਈ ਉਹਦੇ ਨਾਲ ਇਹ ਵੀ ਜਿਹੜਾ ਪ੍ਰੂਵ ਕਰਨਾ ਪੈਂਦਾ ਵੀ ਇਹਨਾਂ ਨੂੰ ਕੋਈ ਇੰਜਰੀ ਹੋਈ ਆ ਜਾਂ ਬਾਡੀਲੀ ਹਾਰਮ ਹੋਇਆ ਵੀ ਜਿੱਦਾਂ فرض ਕਰੋ ਜਿਨ੍ਹਾਂ ਨੇ ਰੋਬਰੀ ਕੀਤੀ ਉਹਨਾਂ ਨੂੰ ਕੁੱਟਿਆ ਮਾਰਿਆ ਜਾਂ ਉਹਨਾਂ 'ਤੇ ਮਾਰੀ ਆ ਜਾਂ ਕੀ ਆ ਉਹਦੇ ਮੁਤਾਬਕ ਯੂ ਵੀਜ਼ਾ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਆ ਤੇ ਉਹ ਯੂ ਵੀਜ਼ਾ ਅਪਲਾਈ ਹੋਣ ਦੇ ਨਾਲ ਫਿਰ ਉਹ ਅਲੱਗ ਚੱਲੂਗਾ ਜੇ ਉਹ ਪ੍ਰੂਵ ਹੋ ਜਾਂਦਾ ਪਰ ਨੂੰ ਟਾਈਮ ਜਾ ਲੱਗੂਗਾ ਸੈਲਮ ਨਾਲੋਂ ਜੀ ਤੇ ਪਰ ਇਹ ਆ ਵੀ ਇੱਕ ਸਾਈਡ ਤੇ ਚੱਲਦਾ ਰਹੂਗਾ ਉਹਦੇ ਕਰਕੇ ਸੈਲਮ ਬੰਦ ਨਹੀਂ ਹੋਣਾ ਕਈ ਵਾਰੀ ਇਹ ਇਹ ਵੀ ਹੋ ਜਾਂਦਾ ਅਗਲੇ ਨੂੰ ਲੱਗਦਾ ਹੁੰਦਾ ਕਿ ਮੇਰਾ ਸੈਲਮ ਸ਼ਾਇਦ ਨਾ ਹੀ ਪਾਸ ਹੋਵੇ ਆ ਨਹੀਂ ਚਲੋ ਸੈਲਮ ਦਾ ਤਾਂ ਕੋਈ ਪੱਕਾ ਸ਼ੋਰ ਹੁੰਦਾ ਹੀ ਨਹੀਂ ਪਾਸ ਫੇਲ ਹੋਣਾ ਕਿ ਆਫਟਰ ਵਾਲੋ ਦਾ ਇਮੀਗ੍ਰੇਸ਼ਨ ਜੱਜ ਦੇ ਮਤਲਬ ਹੱਥ 'ਚ ਹੁੰਦਾ ਜੀ 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 ਪਰ ਇਹ ਆ ਵੀ ਨਾਲ ਦੀ ਨਾਲ ਜੇ ਗਰਾਉਂਡ ਬਣਦਾ ਤਾਂ ਕਰ ਲੈਣਾ ਚਾਹੀਦਾ ਕੇਸ ਓਕੇ ਅਗਲਾ ਸਵਾਲ ਹੈਗਾ ਜੀ ਮੇਰਾ ਬੇਟਾ ਕਹਿੰਦੇ ਆ ਕਿ ਕੁਝ ਸਮੇਂ ਬਾਅਦ 18 ਸਾਲ ਦਾ ਹੋ ਜਾਣਾ ਉਹ ਬਾਰਡਰ ਟੱਪ ਕੇ ਯੂ ਐਸ ਗਿਆ ਸੀ ਕੀ ਉਸ ਲਈ ਅਡਾਪਸ਼ਨ ਦਾ ਕੇਸ ਜਿਹੜਾ ਉਹ ਅਪਲਾਈ ਹੋ ਸਕਦਾ ਅ ਇਹਦੇ ਚ ਪਹਿਲੀ ਗੱਲ ਤਾਂ ਇਹ ਹੁੰਦੀ ਆ ਵੀ ਅਡਾਪਸ਼ਨ ਨਹੀਂ ਹੁੰਦਾ ਗਾਰਡੀਨਸ਼ਿਪ ਦਾ ਕੇਸ ਹੁੰਦਾ ਤੇ ਸੱਜਦਾ ਜੀ ਇਹਦੇ ਚ ਇਦਾਂ ਹੁੰਦਾ ਵੀ ਜੇ ਕੋਈ 18 ਸਾਲ ਦੀ ਉਮਰ ਦਾ ਇਥੇ 21 ਸਾਲ ਦੀ ਉਮਰ ਤੋਂ ਘਟ ਆ ਗਿਆ ਹੂੰ ਹੂੰ ਤਾਂ ਉਹਦੇ ਚ ਜਿਹੜਾ ਕੋਈ ਬਾਹਰ ਸਿਟੀਜ਼ਨ ਆ ਉਹਦੀ ਜੁਵਨਾਈ ਚੱਕਦਾ ਤਾਂ ਉਹਦੀ ਕੇਸ ਕਰਨਾ ਪੈਂਦਾ ਜੜੀ ਲੋਕਲ ਸੁਪੀਰੀਅਰ ਕੋਰਟ ਆ ਜਾਂ ਫੈਮਿਲੀ ਕੋਰਟ ਆ ਉਹਦੇ ਵਿੱਚ ਗਾਰਡੀਨਸ਼ਿਪ ਦਾ ਜੀ ਤੇ ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਸਟੇਟਸ ਦਾ ਜਦੋਂ ਉਹ ਕੇਸ ਐਸਾ ਹੀ ਅਪਲਾਈ ਕਰਦੇ ਆ ਉਹ ਕੇਸ ਜਿਹੜਾ ਉੱਥੇ ਅਪਰੂਵ ਹੋ ਜਾਂਦਾ ਤਾਂ ਫਿਰ ਉਹ ਅੱਗੇ ਇਮੀਗ੍ਰੇਸ਼ਨ ਚ I360 ਪਟੀਸ਼ਨ ਕਰਨੀ ਪੈਂਦੀ ਆ ਤੇ ਫਿਰ ਉਸ ਤੋਂ ਬਾਅਦ ਗ੍ਰੀਨ ਕਾਰਡ ਆ ਸੋ ਇਹ ਜਿਨ੍ਹਾਂ ਕੋਲੇ ਕੋਈ ਏਦਾਂ ਦਾ ਬੰਦਾ ਹੈਗਾ ਜਿਹੜਾ ਸਿਟੀਜ਼ਨ ਆ ਓਕੇ ਪਰ ਇਹ ਆ ਵੀ ਇਹਨਾਂ ਨੂੰ ਸਕੂਲ ਜਾਣਾ ਪਊਗਾ ਬੱਚੇ ਨੂੰ ਉਹਦੇ ਕੋਲ ਰਹਿਣਾ ਪਊਗਾ ਜਿਹੜਾ ਬੰਦਾ ਅਪਲਾਈ ਕਰਦਾ ਉਹਦੇ ਕੋਲ ਰਹਿਣਾ ਪੈਂਦਾ ਉੱਥੇ ਰਹਿਣਾ ਪਊ ਉਹਨਾਂ ਦੇ ਕੋਲ ਠੀਕ ਤੇ ਨਾਲ ਸਕੂਲ ਜਾਣਾ ਪਊਗਾ ਮੈਡੀਕਲ ਵਗੈਰਾ ਲੈਣਾ ਪੈਣਾ ਇਹ ਸਾਰੀਆਂ ਗੱਲਾਂ ਨੇ ਪਰ ਹੋ ਜਾਂਦਾ ਹੋ ਕੇ ਉਹ ਚ ਫਿਰ ਗ੍ਰੀਨ ਕਾਰਡ ਮਿਲ ਜਾਂਦਾ ਜੀ 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 ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੈਟਾਗਰੀ ਚ ਅਪਲਾਈ ਹੋਇਆ ਸੀ ਤੇ ਕਿੰਨਾ ਕੁ ਸਮਾਂ ਹੋਰ ਲੱਗੂਗਾ 2006 ਚ ਹੋਇਆ ਅਜੇ 2005 ਚੱਲ ਰਿਹਾ ਜੀ ਅਜੇ ਸਾਲ ਲੱਗ ਸਕਦਾ ਹੋਰ ਜੀ ਜੀ ਅਗਲਾ ਸਾਲ ਪੁੱਛ ਰਹੇ ਜੀ ਕਿ ਸਟੂਡੈਂਟ ਵੀਜ਼ਾ ਲਈ ਇੰਟਰਵਿਊ ਕਦੋਂ ਸ਼ੁਰੂ ਹੋ ਰਹੀਆਂ ਸਟੂਡੈਂਟ ਵੀਜ਼ਾ ਤਾਂ ਮਿਲ ਰਿਹਾ ਜੀ ਉਹ ਤਾਂ ਬਣੀ ਕੀਤਾ ਹਾਂ ਸਿਰਫ ਵਿਜ਼ਟਰ ਵੀਜ਼ਾ ਬੰਦਾ ਉਹਦੇ ਬਾਰੇ ਵੀ ਆਪਾਂ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ ਦੱਸ ਦਿੰਦੇ ਹਾਂ ਹੁਣ ਕਿ ਅਮਰੀਕਨ ਸਰਕਾਰ ਨੇ ਆਹ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਡੇ ਤੇ ਬੜਾ ਦਬਾਅ ਸੀਗਾ ਲੋਕ ਪੁੱਛ ਰਹੇ ਆ ਕਿ ਵਿਜ਼ਟਰ ਵੀਜ਼ੇ ਕਦੋਂ ਖੋਲਣੇ ਆ ਮਰੇ ਡੈਲਟਾ ਵੇਰੀਐਂਟ ਬੜਾ ਖਤਰਨਾਕ ਹੈ ਤੇ ਕਰਕੇ ਸਾਡੀ ਪਾਲਿਸੀ ਚ ਕੋਈ ਚੇਂਜ ਨਹੀਂ ਸੋ ਅਜੇ ਅਸੀਂ ਜਿਹੜੇ ਕੰਟਰੀਆਂ ਤੇ ਬੈਨ ਲੱਗਿਆ ਵਸਟਰ ਜਿਵੇਂ ਇੰਡੀਆ ਵੀ ਉਹਨਾਂ ਚੋਂ ਆ ਉਹ ਨਹੀਂ ਖੋਲ ਰਹੇ ਸੋ ਅਜੇ ਸਰਕਾਰ ਉਹ ਨਹੀਂ ਖੋਲ ਰਹੀ ਮੇਰਾ ਸਵਾਲ ਅਗਲਾ ਇਹ ਹੋ ਸੀਗਾ ਜੀ ਕਿ B1 B2 ਵੀਜ਼ਾ ਟਰੈਵਲ ਸ਼ੁਰੂ ਹੋ ਗਈ ਕਿ ਨਹੀਂ ਤੁਸੀਂ ਪਹਿਲਾਂ ਹੀ ਜਵਾਬ ਦੇ ਦਿੱਤਾ ਉਹ ਫਿਰ ਮੈਂ ਇਹਦੇ ਮਾਤਿਰ ਫਿਰ ਦੱਸ ਦਿੰਦੇ ਆ ਵੀ ਅਜੇ ਉਮੀਦ ਨਹੀਂ ਹੋਣ ਦੀ ਕਿਉਂਕਿ ਉਹਨੂੰ ਟਾਈਮ ਲੱਗੂਗਾ ਸਾਨੂੰ ਉਮੀਦ ਸੀ ਵੀ ਸ਼ਾਇਦ ਜੇ ਤਾਂ ਡੈਲਟਾ ਵੇਰੀਐਂਟ ਨਾ ਆਉਂਦਾ ਇਹ ਰਹੇ ਹੋ ਜਾਣਾ ਸੀ ਪਰ ਉਹਦੇ ਕਰਕੇ ਇਹ ਅਜੇ ਟਾਈਮ ਲੱਗੂਗਾ ਅਗਲਾ ਸਵਾਲ ਹੈ ਜੀ ਕਿ ਮੈਨੂੰ 에어ਪੋਰਟ ਤੋਂ ਇਹ ਕਹਿੰਦਾ ਰਿਪੋਰਟ ਕਰ ਦਿੱਤਾ ਗਿਆ ਸੀ ਅ ਇਥੋਂ ਅਮਰੀਕਾ ਤੋਂ ਤੇ ਵੀਜ਼ਾ ਵੀ ਉਹਨਾਂ ਨੇ ਕੈਨਸਲ ਕਰ ਦਿੱਤਾ ਤੇ ਕੀ ਦੁਬਾਰਾ ਮੈਂ ਅਪਲਾਈ ਕਰ ਸਕਦਾ ਮੁਸ਼ਕਲ ਹੈ ਜੀ ਕਿਉਂਕਿ ਤੋਂ ਇੱਕ ਵਾਰੀ ਰਿਪੋਰਟ ਕਰ ਦਿੰਦੇ ਰ ਉਹ ਫਿਰ ਬਾਹਰ ਲਾਉਂਦੇ 5 ਸਾਲ ਦੀਆਂ 10 ਸਾਲ ਦੀ ਜੀ ਸੋ ਜੇ 5 ਸਾਲ ਦੀ ਬਾਹਰ ਲੱਗੀ ਆ ਤਾਂ 19 ਦਿਨ ਜਿੰਨੀ ਦਿਨ ਬਾਹਰ ਮੂਵ ਨਹੀਂ ਹੁੰਦੀ ਉਹ ਅਪਲਾਈ ਨਹੀਂ ਜੇ ਅਪਲਾਈ ਵੀ ਕਰਨਗੇ ਤਾਂ ਕੋਈ ਗਰੰਟੀ ਨਹੀਂ ਹੈ ਕਿ ਉਸ ਤੋਂ ਬਾਅਦ ਵੀਜ਼ਾ ਮਿਲ ਜੂਗਾ ਵੀਜ਼ਾ ਫੇਰ ਰਿਫਿਊਜ਼ ਹੋ ਸਕਦਾ ਠੀਕ ਹੈ ਜੀ ਅ ਅਗਲਾ ਸਵਾਲ ਜੀ ਮੈਂ ਕਹਿੰਦਾ ਗ੍ਰੀਨ ਕਾਰਡ ਰੀਨਿਊ ਕਰਨਾ ਫਿੰਗਰਪ੍ਰਿੰਟ ਵੀ ਹੋ ਚੁੱਕੇ ਆ ਤੇ ਕੀ ਮੈਂ ਇੰਡੀਆ ਜਾ ਸਕਦਾ ਇਹਦੇ ਨਾਲ ਦਾ ਸਵਾਲ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਗ੍ਰੀਨ ਕਾਰਡ ਰੀਨਿਊ ਕਰਨਾ ਫਿੰਗਰਪ੍ਰਿੰਟ ਹੋ ਗਏ ਆ ਦਿੱਤਾ ਫਿੰਗਰਪ੍ਰਿੰਟ ਹੋ ਗਏ ਆ ਬਿਲਕੁਲ ਜੇ ਰੀਨਿਊ ਕਰਨਾ ਦਿੱਤਾ ਆ ਤਾਂ ਉੱਤੇ ਆਪਣੇ ਪਾਸਪੋਰਟ ਤੇ ਸਟੈਂਪ ਲਾਉਣਾ ਸਾਰਿਆਂ ਤੋਂ ਪਹਿਲਾਂ ਆ ਓਕੇ ਕਿਉਂਕਿ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਜੇ ਉਹਦਾ ਉਹ ਉਹ ਉਹਦਾ ਐਕਸਪਾਇਰ ਹੋ ਗਿਆ ਗ੍ਰੀਨ ਕਾਰਡ ਦੇ ਰੀਨਿਊ ਹੋਣ ਦੇ ਪ੍ਰੋਸੈਸ ਚ ਆ ਤਾਂ ਉਹਨੂੰ ਚਾਹੀਦਾ ਵੀ ਯੂਐਸਸੀਐਸ ਨਾਲ ਅਪੌਇੰਟਮੈਂਟ ਬਣਾ ਕੇ ਜਿਹੜਾ ਨੇੜੇ ਆਫਿਸ ਪੈਂਦਾ ਉਥੇ ਆਪਣੇ ਪਾਸਪੋਰਟ 'ਤੇ ਸਟੈਂਪ ਲਵਾ ਲੈਣ। ਉਹ ਸਟੈਂਪ ਲਵਾ ਕੇ ਟਰੈਵਲ ਕਰ ਸਕਦੇ ਕੋਈ ਪ੍ਰੋਬਲਮ ਨਹੀਂ। ਓਕੇ, ਵੈਰੀ ਗੁੱਡ। ਅ ਅਗਲਾ ਸਵਾਲ ਹੈ ਜੀ ਕਿ ਹਿਊਮਨਿਟੇਰੀਅਨ ਤੇ ਰੀ-ਇਨਸਟੇਟਮੈਂਟ ਕੀ ਹੁੰਦਾ? ਨਹੀਂ, ਰੀ-ਇਨਸਟੇਟਮੈਂਟ ਦਾ ਮਤਲਬ ਇਹ ਹੁੰਦਾ ਵੀ ਜੇ ਕਿਸੇ ਦਾ ਕੇਸ ਕੋਈ ਫਰਜ ਕਰ ਉਹ ਡਿਨਾਈ ਹੋ ਗਿਆ ਕਿਸੇ ਵਜ੍ਹਾ ਕਰਕੇ ਜਾਂ ਬੰਦ ਹੋ ਗਿਆ, ਖਤਮ ਹੋ ਗਿਆ, ਉਹਨੂੰ ਦੁਬਾਰਾ ਰੀ-ਇਨਸਟੇਟ ਕਰਾਉਣਾ। ਹਿਊਮਨਿਟੇਰੀਅਨ ਬੇਸ ਤੇ ਹੁੰਦਾ ਵੀ ਇਹ ਇਹ ਗਣਾ ਵੀ ਇਹਦਾ ਕੋਈ ਹੈ ਨਹੀਂ ਉਥੇ ਜਾਂ ਹਾਲਾਤ ਖਰਾਬ ਹੈ ਜਾਂ ਫਲਾਣੇ ਆ। ਉਹਦੀ ਬੇਸ ਤੇ ਤੇ ਉਹਦੀ ਬੇਸ ਤੇ ਉਹ ਰੀਨ ਸਟੇਟਮੈਂਟ ਕੇਸ ਜਿਹੜਾ ਕੇਸ ਬੰਦ ਹੋ ਗਿਆ ਕਿਸੇ ਵਜ੍ਹਾ ਕਰਕੇ ਬੰਦ ਹੋਣ ਦੀਆਂ ਕਈ ਵਜ੍ਹਾ ਹੁੰਦੀਆਂ ਨੇ ਜਿਵੇਂ ਕਿਸੇ ਜਿਹੜਾ ਮਤਲਬ ਪਟੀਸ਼ਨਰ ਆ ਉਹਦੀ ਡੈਥ ਹੋ ਜਾਵੇ ਜਾਂ ਕੋਈ ਡਾਕੂਮੈਂਟ ਜਿਹੜੇ ਆ ਉਹ ਉਹ ਟਾਈਮ ਤੇ ਮੰਗਿਆ ਨਹੀਂ ਗਏ ਜਾਂ ਹੋਰ ਕਾਰਨ ਹੋ ਸਕਦੇ ਆ ਤਾਂ ਉਹਦੀ ਬੇਸ ਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਹਿਊਮੈਨਿਟੇਰੀਅਨ ਬੇਸ ਕਰੋ ਪਰ ਇਹ ਇਹ ਰੀਲੀਫ ਬਹੁਤ ਔਖੀ ਮਿਲਦੀ ਆ ਦੀ ਬੇਸ ਤੇ 99% ਨਾ ਹੀ ਹੁੰਦੀ ਆ 1% ਹੀ ਚਾਂਸ ਹੁੰਦਾ ਜੀ ਜੀ ਅਗਲਾ ਸਵਾਲ ਜੀ ਕਿ ਕਹਿੰਦੇ ਆ ਕਿ ਮੇਰੀ ਮੇਰਾ ਅਸੈਲਮ ਕੇਸ ਦੀ ਡੇਟ ਹਾਲੇ ਆਉਣ ਵਾਲੀ ਹੈ ਮੈਨੂੰ ਕਹਿੰਦੇ ਡੀਯੂਆਈ ਟਿਕਟ ਮਿਲੀ ਹੈ ਕੀ ਮੇਰੇ ਕੇਸ ਤੇ ਕੋਈ ਫਰਕ ਨਹੀਂ ਪਵੇਗਾ ਦੇਖੋ ਇਸ ਤਰ੍ਹਾਂ ਆ ਕਿ ਯੂਐਸ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਆਪ ਇੱਕ ਪਿਛੇ ਪੋਰਮ ਦੱਸਿਆ ਵੀ ਸੀ ਜੀ ਕਿ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡੀਯੂਆਈ ਦੇ ਕੇਸ ਨੇ ਇਹ ਬਾਰ ਨਹੀਂ ਕਰਦੇ ਇਮੀਗ੍ਰੇਸ਼ਨ ਬੈਨੇਫਿਟ ਨੂੰ ਕਿ ਜਿਸ ਤਰ੍ਹਾਂ ਇਹ ਕੋਈ ਉਹੋ ਜਿਹੇ ਜਿਹੜੇ ਹੈਗੇ ਮੋਰਲ ਡਰਬਿਟੀ ਦੇ ਕੇਸ ਨਹੀਂ ਹੈਗੇ ਜੀ ਜੀ ਤੇ ਲੇਕਿਨ ਉਹਦਾ ਮਤਲਬ ਇਹ ਨਹੀਂ ਹੈਗਾ ਵੀ ਪੀਕੇ ਚਲਾਉਣੀ ਚਾਹੀਦੀ ਆ ਕਿਉਂਕਿ ਇਹ ਇਸ ਅਮਰੀਕਾ ਦੀ ਜਿਹੜੀ ਨੀਤੀ ਹੈ ਉਹਦੇ ਖਿਲਾਫ ਹੈ ਤੇ ਖਾਸ ਕਰਕੇ ਜਿਹਨਾਂ ਦਾ ਸਟੇਟਸ ਹੈ ਨਹੀਂ ਉਹ ਤਾਂ ਬਿਲਕੁਲ ਹੀ ਨਹੀਂ ਇਹ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਹਮ ਤੇ ਪਲੱਸ ਤੁਹਾਡੀ ਆਪਣੀ ਜਾਨ ਨੂੰ ਵੀ ਖਤਰਾ ਹੈ ਜਿਹੜਾ ਅਗਲਾ ਉਹਦੀ ਜਾਨ ਨੂੰ ਵੀ ਖਤਰਾ ਹੈ ਸਵੇ ਕੋਈ ਚੰਗੀ ਗੱਲ ਨਹੀਂ ਹੈਗੀ ਵੀ ਤੁਸੀਂ ਪੀ ਕੇ ਜਿਹੜੀ ਗੱਡੀ ਚਲਾਉਨੇ ਆ ਪਰ ਜਿਹੜਾ ਇਹਨਾਂ ਦਾ ਸਵਾਲ ਉਹਦਾ ਜਵਾਬ ਇਹ ਆ ਕਿ ਜੇ ਉਹਦੇ ਵਿੱਚ ਕੋਈ ਬਾਡੀਲੀ ਇੰਜਰੀ ਨਹੀਂ ਹੋਈ ਕਿਸੇ ਨੂੰ ਕਿ ਜੇ ਮਤਲਬ ਪੀ ਕੇ ਚਲਾਉਂਦੇ ਸੀਗੇ ਤੇ ਫੜੇ ਗਏ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਐਕਸੀਡੈਂਟ ਜਾਂ ਕਿਸੇ 'ਚ ਨਹੀਂ ਗੱਡੀ ਲੱਗੀ ਜਾਂ ਕਿਸੇ ਦਾ ਨੁਕਸਾਨ ਨਹੀਂ ਹੋਇਆ ਤਾਂ ਆਪਣਾ ਜਾਂ ਕਿਸੇ ਹੋਰ ਦਾ ਜੀ ਤਾਂ ਫੇਰ ਕੱਲੀ ਉਹਦੀ ਡੀਵਾਈ ਦੀ ਟਿਕਟ ਹੀ ਆ ਤਾਂ ਉਹ ਇਮੀਗ੍ਰੇਸ਼ਨ ਤੇ ਉਹਦਾ ਇਫੈਕਟ ਨਹੀਂ ਪੈਣਾ ਪਰ ਉਹਦਾ ਅਰੈਸਟ ਰੈਕਡ ਜੂਰ ਬਣ ਜਾਂਦਾ ਓਕੇ ਲੇਕਿਨ ਉਹਨੂੰ ਆਪਣਾ ਕਲੀਅਰ ਕਰਨ ਜੋ ਵੀ ਉਹ ਉਹਦੇ 'ਚ ਪਸਿਟਿਨ ਬਿਹੇਵਿਓਰ ਨੂੰ ਪੜਾਉਣਾ ਉਹ ਤਾਂ ਆਊਗੀ ਪੁੱਛਣਗੇ ਮੇਸ਼ਾ ਹੀ ਫਿਰ ਉਹਦੀ ਯਾਨੀ ਕਿ ਕਲੀਅਰੈਂਸ ਲੈਣੀ ਚਾਹੀਦੀ ਆ ਕਿ ਜੋ ਵੀ ਉਹ ਫਾਈਨ ਲਾਉਣਗੇ ਉਹ ਪੇ ਕਰਨਾ ਜਾਂ ਉਹ ਕੋਈ ਇਹੋ ਜਿਹੇ ਇਹਨਾਂ ਨੂੰ ਜਿਹੜਾ ਪ੍ਰੋਗਰਾਮ ਚ ਰੋਲ ਕਰਨਗੇ ਜਿਹੜੇ ਇਹ ਦੱਸੂਗਾ ਵੀ ਪੀਕੇ ਨਹੀਂ ਚਲਾਉਣੀ ਜਾਂ ਫਲਾਣਾ ਉਹ ਉਹ ਕਰਨਾ ਹਰੇਕ ਸਟੇਟ ਦਾ ਆਪੋ ਆਪਣਾ ਹੁੰਦਾ ਹ ਸਾਬ ਜੀ ਜੀ ਲੇਕਿਨ ਡੀਯੂਆਈ ਦੀ ਜਿਹੜੀ ਟਿਕਟ ਮਿਲਣੀ ਆ ਉਹ ਇਟਸੈਲਫ ਇਮੀਗ੍ਰੇਸ਼ਨ ਲਈ ਡਿਪੋਟੇਬਲ ਨਹੀਂ ਆ ਪਰ ਇੱਥੇ ਮੈਂ ਇਹ ਗੱਲ ਦੱਸਦਾ ਵੀ ਜੇ ਟਿਕਟਾਂ ਬਾਰ-ਬਾਰ ਮਿਲ ਜਾਣ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਤਿੰਨ ਵਾਰ ਤੋਂ ਜ਼ਿਆਦਾ ਫੇਰ ਹੋਰ ਸਿਚੁਏਸ਼ਨ ਓਕੇ ਫੇਰ ਇਹ ਜਿਹੜਾ ਰਿਪੀਟ ਅਫੈਂਡਰ ਦੇ ਵਿੱਚ ਆ ਕੇ ਤਾਂ ਇਹਨਾਂ ਦਾ ਜਿਹੜਾ ਇਮੀਗ੍ਰੇਸ਼ਨ ਬੈਨੀਫਿਟ ਆ ਜਿਵੇਂ ਸਾਲਮ ਲੈਣਾ ਚਾਹੁੰਦੇ ਆ ਜੇ ਕੋ ਬੰਦਾ ਗ੍ਰੀਨ ਕਾਰਡ ਲੈਣਾ ਚਾਹੁੰਦਾ ਕੋ ਸਿਟੀਜ਼ਨ ਬਣਨਾ ਚਾਹੁੰਦਾ ਜੋ ਵੀ ਇਮੀਗ੍ਰੇਸ਼ਨ ਬੈਨੀਫਿਟ ਲੈਣਾ ਓਕੇ ਉਹ ਕੈਨਸਲ ਹੋ ਸਕਦਾ ਓਕੇ ਜੀ ਅਗਲਾ ਸਵਾਲ ਹੈ ਜੀ ਕਿ ਅਸੀਂ ਕਹਿੰਦੇ ਡਿਪੋਰਟ ਹੋ ਗਏ ਸੀ ਇੱਕ ਵਾਰੀ ਤੇ ਕੀ ਦੁਬਾਰਾ ਬਾਰਡਰ ਰਾਹੀਂ ਵਾਪਸ ਆਇਆ ਜਾ ਸਕਦਾ ਇਹਦੇ ਬਾਰੇ ਯੂਐਸ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਪਿੱਛੇ ਜੇ ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬੰਦਾ ਇਸੇ ਸਿਚੁਏਸ਼ਨ ਤੇ ਵੀ ਇਥੋਂ ਡਿਪੋਰਟ ਹੋ ਕੇ ਗਿਆ ਸੀ ਉਹ ਦੁਬਾਰਾ ਫੇਰ ਆ ਗਿਆ ਤੇ ਉਹਨੇ ਕਿਹਾ ਮੇਰੇ ਹਾਲਾਤ ਉੱਥੇ ਬਹੁਤ ਖਰਾਬ ਹੈ ਮੈਂ ਰਹਿ ਨਹੀਂ ਸਕਿਆ ਤੇ ਸੁਪਰੀਮ ਕੋਰਟ ਨੇ ਉਹਨੇ ਬਾਉਂਡ ਦੀ ਅਪਲੀਕੇਸ਼ਨ ਲਈ ਜੱਜ ਨੇ ਬਾਉਂਡ ਮਨਾ ਕਰਤਾ ਉਹ ਕੇਸ ਹੁੰਦਾ ਹੁੰਦਾ ਸੁਪਰੀਮ ਕੋਰਟ ਤੱਕ ਪਹੁੰਚਦਾ ਸੁਪਰੀਮ ਕੋਰਟ ਨੇ ਕਿਹਾ ਕਿ ਉਹਦਾ ਬਾਉਂਡ ਦਾ ਕੋਈ ਅਧਿਕਾਰ ਨਹੀਂ ਉਹਨੂੰ ਸਰਕਾਰ ਅੰਦਰ ਰੱਖ ਸਕਦੀ ਹੈ 19 ਦਿਨ ਜੀ ਕਿਉਂਕਿ ਉਹ ਤੇੜੀ ਡੈਪੂਟੇਸ਼ਨ ਲੱਗੀ ਆ ਉਹ ਸਰਟਨ ਟਾਈਮ ਦੀ ਲੱਗੀ ਆ 5 ਸਾਲ ਦੀ 10 ਸਾਲ ਦੀ ਜਿੰਨੀ ਦੇਰ ਉਹ ਟਾਈਮ ਪੂਰਾ ਨਹੀਂ ਕਰਦਾ ਆਪਣਾ ਉਹ ਦੁਬਾਰਾ ਫੇਰ ਰਿਪੋਰਟ ਕੀਤਾ ਜਾ ਸਕਦਾ ਓਕੇ ਸੋ ਇਸ ਕਰਕੇ ਜੇ ਕਿਸੇ ਤੇ ਡੈਪੂਟੇਸ਼ਨ ਲੱਗੀ ਆ ਡੈਪੂਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਤੋਂ ਰਿਪੋਰਟ ਉਹਨੂੰ ਕੱਲਾ ਹੀ ਕਰਤਾ ਜਦੋਂ ਉਹ ਰਿਪੋਰਟ ਕਰਦੇ ਉਹ ਤੇ ਬਾਹਰ ਲੱਗਦੀ ਹੈ ਇੱਕ ਇਹ ਇੰਨੇ ਸਾਲ ਨਹੀਂ ਆ ਸਕਦਾ ਲਿਮਟ ਹੁੰਦੀ ਟਾਈਮ ਦੀ ਲਿਮਟ ਹੁੰਦੀ ਹੈ ਮਤਲਬ 5 ਸਾਲ ਦੀ ਜਾਂ 10 ਸਾਲ ਦੀ ਬਾਹਰ ਜੇ ਤੁਸੀਂ ਉਹ ਟਾਈਮ ਦੇ ਵਿੱਚ ਆ ਜੰਨੇ ਹੋ ਤਾਂ ਉਹ ਦੁਬਾਰਾ ਫੇਰ ਰੀਨਸਟੇਟ ਉਹਨੂੰ ਕਰ ਸਕਦੇ ਆ ਜੀ ਜੀ ਦੋਸਤੋ ਇਹ ਤਾਂ ਅਸੀਂ ਇਮੀਗ੍ਰੇਸ਼ਨ ਦੇ ਉਹ ਸਵਾਲ ਜਿਹੜੇ ਤੁਸੀਂ ਸਾਨੂੰ YouTube ਚੈਨਲ ਰਾਹੀਂ ਸਾਨੂੰ ਪੁੱਛੇ ਸੀ ਉਸ ਤੇ ਜਵਾਬ ਜਿਹੜੇ ਅਸਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨੇ ਬਹੁਤ ਬਾਖੂਬੀ ਤੁਹਾਡੇ ਤੱਕ ਪੇਸ਼ ਕੀਤੇ ਆ ਹੋਰ ਵੀ ਬਹੁਤ ਸਾਰੇ ਸਵਾਲ ਸਾਨੂੰ ਆਏ ਸੀ ਜਿਹਦੇ ਵਿੱਚ ਬਹੁਤ ਤੁਹਾਡੇ ਚੋਂ ਬਹੁਤਿਆਂ ਨੇ ਇਹ ਪੁੱਛਿਆ ਸੀ ਕਿ ਸਾਡਾ ਇਸ ਸਾਲ ਦਾ ਕੇਸ ਇਸ ਕੈਟਾਗਰੀ ਦਾ ਕੇਸ ਹੈ ਕਦੋਂ ਇਹਦੇ ਬਾਰੇ ਸਾਡਾ ਨੰਬਰ ਆਊਗਾ ਇਸ ਟਾਈਪ ਦੇ ਜਿਹੜੇ ਕੁਐਸਚਨ ਆ ਉਹ ਅਸੀਂ ਸਾਂਝੇ ਤੌਰ ਤੇ ਮਹੀਨੇ ਦੇ ਪਹਿਲੇ ਵੀਕ 'ਚ ਅਸੀਂ ਦਿੰਨੇ ਆ ਉਹ ਯਾਨੀ ਕਿ ਅਗਲੇ ਐਪੀਸੋਡ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇ ਐਫ 4 ਵੀਜ਼ਾ ਹੈ ਤੇ ਉਹਦਾ ਟਾਈਮ ਫਰੇਮ ਕਿਹੜਾ ਚੱਲ ਰਿਹਾ ਐਫ 3 ਦਾ ਕਿਹੜਾ ਚੱਲ ਰਿਹਾ ਜਾਂ ਐਫ 2 ਦਾ ਕਿਹੜਾ ਚੱਲ ਰਿਹਾ ਜਾਂ ਹੋਰ ਵੀ ਜਿਹੜੇ ਕੈਟਾਗਰੀਜ਼ ਹੈਗੇ ਆ ਉਹ ਅਸੀਂ ਮਹੀਨੇ ਦੇ ਪਹਿਲੇ ਵੀਕ ਪਹਿਲੇ ਪ੍ਰੋਗਰਾਮ ਵਿੱਚ ਜਿਹੜਾ ਵੀਜ਼ਾ ਬੁਲੇਟਿਨ ਖਾਸ ਕਰਕੇ ਹੁੰਦਾ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆਂ ਉਮੀਦ ਆ ਕਿ ਤੁਸੀਂ ਅਗਲਾ ਪ੍ਰੋਗਰਾਮ ਵੀ ਜਰੂਰ ਐਸੇ ਤਰੀਕੇ ਨਾਲ ਦੇਖੋਗੇ ਤੇ ਇਸ ਉਮੀਦ ਨਾਲ ਕਿ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਅਸੀਂ ਇਸ ਦਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਸਾਨੂੰ ਭਰਪੂਰ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ